ਸ੍ਰੀ ਅਕਾਲ, ਮੈਂ ਹਾਂ ਮਨੀਸ਼ ਬਿਆਲਾ ਤੇ ਤੁਹਾਡਾ ਸਵਾਗਤ ਹੈਗਾ ਪ੍ਰਾਈਮ ਟਾਈਮ ਚਰਚਾ ਦੇ ਵਿੱਚ ਅਤੇ ਅੱਜ ਇਸ ਲਾਈਵ ਸ਼ੋਅ ਦੇ ਵਿੱਚ, ਕਿਉਂਕਿ ਅਸੀਂ ਗੱਲ ਕਰਾਂਗੇ ਉਹਨਾਂ ਖਾਸ ਮੁੱਦਿਆਂ ਦੀ, ਉਹਨਾਂ ਖਾਸ ਇਸ਼ੂਸ ਦੀ ਜਿਹਦੇ ਨਾਲ ਲੋਕ ਇਸ ਵੇਲੇ ਜਿਹੜੇ ਨੇ ਉਹ ਜੁੜੇ ਹੋਏ ਨੇ। ਸੋ ਇਸ ਲਾਈਵ ਸ਼ੋਅ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਰੋਨਾ ਵਾਇਰਸ, ਜਿਹਨੇ ਆਪਣੇ ਆਪ 'ਚ ਪੂਰੀ ਦੁਨੀਆ ਨੂੰ ਡਰਾਇਆ ਹੋਇਆ, ਉਹਦੇ ਉੱਤੇ ਕੀ ਅੱਜ ਦੀ ਡੇਟ ਦੇ ਵਿੱਚ ਫੈਕਟਸ ਹੈਗੇ ਨੇ, ਕੀ ਸਾਡੇ ਕੋਲ ਉਸਦਾ ਇਲਾਜ ਹੈਗਾ ਅਤੇ ਕਿਸ ਤਰੀਕੇ ਨਾਲ ਅਸੀਂ ਬਚ ਸਕਦੇ ਹਾਂ, ਅੱਜ ਇਹਦੇ ਉੱਤੇ ਅਸੀਂ ਖਾਸ ਤੌਰ 'ਤੇ ਗੱਲ ਕਰਾਂਗੇ। ਅਤੇ ਆਪਣੇ ਸਟੂਡੀਓ ਦੇ ਵਿੱਚ ਜਿਹੜਾ ਕਿ ਨਿਊਯਾਰਕ ਦੇ ਵਿੱਚ ਹੈਗਾ, ਅੱਜ ਉਹਦੇ ਵਿੱਚ ਖਾਸ ਤੌਰ 'ਤੇ ਅਸੀਂ ਦੋ ਸੀਨੀਅਰ ਡਾਕਟਰਸ ਨੂੰ ਜਿਹੜਾ ਇੱਥੇ ਬੁਲਾਇਆ ਹੋਇਆ, ਜਿਹੜੇ ਕਿ ਇਸ ਬਿਮਾਰੀ ਦੇ ਉੱਤੇ, ਇਸ ਵਾਇਰਸ ਦੇ ਉੱਤੇ ਸਾਨੂੰ ਅਪਡੇਟ ਦੇਣਗੇ ਅਤੇ ਕਿਸ ਤਰੀਕੇ ਨਾਲ ਇਸ ਤੋਂ ਡਰਨ ਦੀ ਲੋੜ ਨਹੀਂ ਹੈਗੀ, ਸਾਵਧਾਨੀ ਵਰਤਣ ਦੀ ਲੋੜ ਹੈਗੀ ਹੈ, ਇਹਦੇ ਉੱਤੇ ਖਾਸ ਤੌਰ 'ਤੇ ਸਾਡੇ ਨਾਲ ਅੱਜ ਗੱਲ ਕਰਨਗੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ। ਖਾਸ ਤੌਰ 'ਤੇ ਅਗਰ ਗੱਲ ਕਰਾਂ ਤੇ ਮੇਰੇ ਨਾਲ ਇਸ ਵੇਲੇ ਡਾਕਟਰ ਡੀਨ ਹਾਰਟ ਜਿਹੜੇ ਨੇ ਉਹ ਮਿਡਲ ਦੇ ਵਿੱਚ ਬੈਠੇ ਹੋਏ ਨੇ। ਵੈਲਕਮ ਟੂ ਸ਼ੋਅ ਸਰ। ਥੈਂਕ ਯੂ। ਨਾਲ ਹੀ ਉਹਨਾਂ ਦੇ ਡਾਕਟਰ ਕ੍ਰਿਸ਼ਨ ਕੁਮਾਰ ਹੈਗੇ ਨੇ, ਇਹ ਡਿਪਾਰਟਮੈਂਟ ਆਫ ਐਮਰਜੈਂਸੀ ਮੈਡੀਸਿਨ ਦੇ ਵਿੱਚ ਇਹ ਹੈਗੇ ਨੇ, ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਨੇ, ਇਹ ਇੰਡੀਅਨ ਡਾਕਟਰ ਹੈਗੇ ਨੇ। ਅਤੇ ਨਾਲ ਹੀ ਨਾਲ ਮੈਂ ਜ਼ਰੂਰ ਇੱਥੇ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਆਪਣੇ ਡਰੇ ਹੋਏ ਨੇ, ਸ਼ਾਇਦ ਉਹਨਾਂ ਨੂੰ ਇਹ ਚੰਗੇ ਤਰੀਕੇ ਨਾਲ ਸਲਾਹ ਜਿਹੜੀ ਹੈ ਉਹ ਦੇ ਸਕਣਗੇ ਕਿ ਡਰਨ ਦੀ ਲੋੜ ਨਹੀਂ ਹੈਗੀ, ਸਾਵਧਾਨੀ ਵਰਤਣ ਦੀ ਲੋੜ ਹੈਗੀ ਹੈ। ਸੋ ਸਾਡੇ ਕੋਲ ਅੱਜ ਜਿਹੜੇ ਨੇ ਦੋਨੇ ਹੀ ਸੀਨੀਅਰ ਡਾਕਟਰ ਹੈਗੇ ਨੇ, ਡਾਕਟਰ ਹਾਰਟ ਜਿਹੜੇ ਨੇ ਇਹ ਸਾਇੰਟਿਸਟ ਹੈਗੇ ਨੇ, ਅਤੇ ਇਹਨਾਂ ਦੇ ਅਗਰ ਸਟੱਡੀਜ਼ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਸਟੱਡੀਜ਼ ਜਿਹੜੀ ਹੈ ਬਹੁਤ ਜਗ੍ਹਾ ਦੇ ਉੱਤੇ ਛਪੀ ਹੋਈ ਹੈ, ਅਤੇ ਇਹ ਬੱਚਿਆਂ ਨੂੰ ਜਿਹੜਾ ਗਾਈਡ ਵੀ ਕਰ ਰਹੇ ਨੇ, ਉਹਨਾਂ ਨੂੰ ਪੜ੍ਹਾ ਵੀ ਰਹੇ ਨੇ। ਸੋ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਵੈਲਕਮ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂ ਕਰਾਂਗਾ। ਡਾਕਟਰ ਕੁਮਾਰ ਜੀ, ਹਾਂਜੀ, ਅਗਰ ਅੱਜ ਦੀ ਗੱਲ ਕੀਤੀ ਜਾਵੇ, ਜਿਸ ਤਰੀਕੇ ਨਾਲ ਕੋਰੋਨਾ ਵਾਇਰਸ ਜਿਹੜਾ ਹੈਗਾ, ਇਹ ਲਗਾਤਾਰ ਆਪਣੀਆਂ ਜਿਹੜੀਆਂ ਹੱਦਬੰਦੀਆਂ ਜਿਹੜੀਆਂ ਉਹ ਟੱਪ ਰਿਹਾ ਹੈਗਾ, 72 ਕੰਟਰੀਜ਼ ਦੇ ਵਿੱਚ ਜਿਹੜਾ ਇਸ ਵੇਲੇ ਕੋਰੋਨਾ ਵਾਇਰਸ ਦਾ ਜਿਹੜਾ ਇੰਪੈਕਟ ਦੇਖਣ ਨੂੰ ਮਿਲਿਆ, ਦੁਨੀਆ ਭਰ ਦੇ ਵਿੱਚ ਲੈ ਕੇ ਇਸ ਨੂੰ ਡਰ ਹੈਗਾ, ਸ਼ੇਅਰ ਮਾਰਕੀਟ ਵੀ ਡਿੱਗ ਰਹੀ ਹੈ, ਜਿਹੜੇ ਹੌਂਸਲੇ ਨੇ ਉਹ ਵੀ ਡਿੱਗ ਰਹੇ ਨੇ, ਤੇ ਜਿਹੜੇ ਜਿੰਦੇ ਜਾਗਦੇ ਇਨਸਾਨ ਨੇ ਉਹ ਵੀ ਡਿੱਗ ਰਹੇ ਨੇ। ਨਹੀਂ ਜੀ, ਅਜੇ ਤਾਂ ਗੱਲ ਨਹੀਂ ਹੈਗੀ, ਕੋਈ ਡਿੱਗ ਨਹੀਂ ਰਿਹਾ ਹੈਗਾ। ਤੁਸੀਂ ਤਾਂ ਭੁੱਲ ਗਏ ਉਹ ਜ਼ਮਾਨੇ, ਜਦ ਅਸੀਂ ਤਾਂ, ਮੈਂ ਤਾਂ ਦੇਖਿਆ ਕਿ ਨਾ ਸਮਾਲ ਪਾਕ ਦਾ ਜ਼ਮਾਨੇ ਆ ਜੀ, ਉਹ ਕਹਿੰਦੇ ਸੀਗੇ ਕਿ ਬੜੀ ਮਾਤਾ ਆ ਗਈ, ਬੜੀ ਮਾਤਾ ਆ ਗਈ, ਉਹ ਅੱਧਾ ਗਾਂ ਜਿਹੜਾ ਹੁੰਦਾ ਸੀਗਾ ਨਾ, ਉਹ ਭਗਵਾਨ ਨੂੰ ਜਾਂਦਾ ਸੀਗਾ। ਹੁਣ ਇਹੋ ਜਿਹੀ ਗੱਲਾਂ ਨਹੀਂ ਲੈ ਰਹੀ ਆ, ਉਹ ਜ਼ਮਾਨੇ ਗਏ, ਸੋ ਗਏ। ਪਹਿਲਾਂ ਪਲੇਗ ਵੀ ਹੁੰਦੇ ਸੀਗੇ 200 ਸਾਲ ਪਹਿਲਾਂ ਜੀ, ਅਸੀਂ ਤਾਂ ਜੀ ਰੈਜ਼ੀਲੀਅਨ ਬੰਦੇ ਹੈਗੇ, ਹਿੰਦੁਸਤਾਨ ਦੇ ਬੰਦੇ ਨਾ, ਅਸੀਂ ਤਾਂ ਹਰ ਜਗ੍ਹਾ ਇੱਥੇ ਸਰਵਾਈਵ ਕਰਨਗੇ, ਇਹੋ ਜਿਹੀ ਕੋਈ ਗੱਲ ਹੀ ਨਹੀਂ ਕਮਰਾਨ ਦੀ। ਡਾਕਟਰ ਸਾਹਿਬ, ਇੱਕ ਚੀਜ਼ ਜਿਹੜੀ ਹੋਰ ਇਹਦੇ 'ਚ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਸ ਤੋਂ ਪਹਿਲਾਂ ਸਾਰਕਟ ਹੈ ਜਿਹੜਾ ਬਹੁਤ ਵੱਡਾ, ਜਿਹੜੀ ਉਹ ਚਰਚਾ ਕੀਤੀ ਜਾਂਦੀ ਹੈ, ਉਹਦੇ 'ਚ ਕੈਜੂਅਲਟੀ ਜਿਹੜਾ ਰੇਟ ਸੀ ਉਹ 10% ਦੇ ਕਰੀਬ ਜਿਹੜਾ ਉਹ ਦੱਸਿਆ ਜਾ ਰਿਹਾ ਸੀ, ਲੇਕਿਨ ਇਹਦੇ ਵਿੱਚ ਹੁਣ ਤੱਕ ਜਿਹੜਾ ਕੈਜੂਅਲਟੀ ਰੇਟ ਹੈਗਾ ਉਹ 2.3% ਜਿਹੜਾ ਉਹ ਦੱਸਿਆ ਜਾ ਰਿਹਾ। ਮਾਈਲਡ ਹੈਗਾ, ਥੋੜ੍ਹਾ ਘੱਟ ਹੈਗਾ ਉਸ ਸਾਰਕ ਨਾਲ, ਲੇਕਿਨ ਹੈ ਭੈਣ ਭਾਈ ਹੈਗੇ ਦੋਨੋਂ, ਸਾਰਸ ਵੀ ਇੱਦਾਂ, ਕਰੋਨਾ ਵੀ, ਮਰਸ ਵੀ, ਇਹ ਭਾਈ ਭੈਣ ਹੀ ਹੈਗੇ, ਕੋਈ ਥੈਲੀ ਦੇ ਚੱਟੇ ਪੱਟੇ ਨੇਗੇ। ਤੇ ਡਾਕਟਰ ਸਾਹਿਬ, ਇਹਦੇ ਵਿੱਚ, ਕਿਉਂਕਿ ਮੈਂ ਡਾਕਟਰ ਹਾਰਟ ਤੋਂ ਜਾਣ ਤੋਂ ਪਹਿਲਾਂ, ਤੁਹਾਡੇ ਕੋਲ ਜਿਹੜੀਆਂ ਸਾਵਧਾਨੀਆਂ ਨੇ, ਕਿਉਂਕਿ ਤੁਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਕਿਸ ਤਰੀਕੇ ਦਾ ਜਿਹੜਾ ਤੁਹਾਡੀ ਸਟੱਡੀ ਹੁਣ ਤੱਕ ਕਹਿੰਦੀ ਹੈ ਕਿ ਆਪਾਂ ਇਸ ਤੋਂ ਕਿਸ ਤਰੀਕੇ ਨਾਲ ਜਿਹੜਾ ਉਹ ਬਚ ਸਕਦੇ ਹਾਂ, ਕੀ ਆਪਾਂ ਨੂੰ ਕਰਨ ਦੀ ਲੋੜ ਹੈ? ਜੇ ਸਭ ਇਹ ਹੈਗਾ ਨਾ, ਜਿਹੜਾ ਵਾਇਰਸ ਹੈਗਾ, ਜੇ ਤੁਸੀਂ ਗੱਲ ਕਰੋ, ਖਾਂਸੀ ਕਰੋ, ਤਾਂ ਡ੍ਰੋਪਲੈਟ ਹੁੰਦਾ ਹੈਗਾ। ਓਕੇ ਜੀ, ਹਾਂਜੀ, ਏਅਰ ਬੋਰਨ ਹੁੰਦਾ ਹੈਗਾ। ਤੁਸੀਂ ਖਾਸ ਦੇ ਰਹੋ, ਕੁਝ ਦੇ ਰਹੋ, ਤੁਸੀਂ ਨਾਲ ਬੈਠੋ ਨਾ, ਯੂ ਦੇ ਚਾਂਸਿਸ ਆ ਤੁਸੀਂ ਵੀ ਇਫੈਕਟ ਹੋ ਜਾਓਗੇ। ਤਾਂ ਬੈਸਟ ਹੈਗਾ ਮੇਨਟੇਨ ਏ ਡਿਸਟੈਂਸ, ਕੀਪ ਯੂਰ ਸੈਲ 6 ਫੀਟ ਅਵੇ, ਫਿਰ ਨਹੀਂ ਹੁੰਦਾ, ਸਮਝੇ? ਔਰ ਦੂਜੀ ਚੀਜ਼ ਕਹਿੰਦੇ ਕਿ ਹੱਥ ਨਾ ਮਿਲਾਇਆ ਕਰੋ। ਓਕੇ ਜੀ, ਉਹ ਇੰਡੀਆ ਦੀ ਪ੍ਰਥਾ ਜਿਹੜੀ ਹੈਗੀ ਨਾ, ਨਮਸਤੇ ਕਰਨ ਦੀ, ਸਭ ਤੋਂ ਵਧੀਆ ਹੈਗੀ ਦੁਨੀਆ 'ਚ। ਓਕੇ, ਕਿਉਂਕਿ ਪੂਰੀ ਦੁਨੀਆ ਫਾਲੋ ਕਰਨ ਲੱਗ ਪਈ, ਕੋਈ ਹੈਂਡਸ਼ੇਕ ਨਹੀਂ ਹੁੰਦਾ ਅੱਜ ਕੱਲ੍ਹ ਕਰਦਾ ਹੈਗਾ ਜੀ ਜੀ, ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਨਮਸਤੇ ਕਰਕੇ ਉਹ ਆਦਾਬ ਕਰਦਾ ਹੈਗਾ ਦੂਜੇ ਨੂੰ, ਸਮਝੇ? ਮਤਲਬ ਕਿ ਸਭ ਤੋਂ ਸੇਫ ਸਾਈਡ ਇਹੋ ਹੀ ਹੈ ਇਸ ਵੇਲੇ, ਬਟ ਡੋਨਟ ਟੱਚ, ਡੋਨਟ ਟੱਚ, ਟੱਚ ਹੀ ਨਹੀਂ ਕਰੋ, ਕਿਵੇਂ ਹੋ ਤੁਹਾਡੇ ਕੋਲ? ਡੋਨਟ ਟੱਚ ਐਂਡ ਦ 6 ਫੁੱਟ ਤੋਂ ਜਿਹੜੀ ਉਹ ਦੂਰੀ ਬਣਾ ਕੇ ਰੱਖੋ, ਦੂਰੀ ਬਣਾ ਕੇ ਰੱਖੋ। ਓਕੇ, ਜਿਹੜਾ ਬੰਦਾ ਹੋਵੇ, ਜਿਸ ਤੋਂ ਬਿਮਾਰੀ ਹੈਗੀ, ਬੁਖਾਰ ਹੈਗਾ ਉਸਨੂੰ, ਖਾਂਸੀ ਹੈਗੀ, ਸ਼ਾਰਟਨੈਸ ਆਫ ਬ੍ਰੈਥ ਹੈਗੀ, ਐਜ਼ਮਾ ਅਟੈਕ ਹੈਗੇ, ਉਹ ਦੇ ਆਰ ਦੀ ਪ੍ਰਾਈਮ ਸਸਪੈਕਟ। ਓਕੇ ਜੀ, ਸਮਝੇ ਨਾ? ਉਹਨਾਂ ਦੂਰੀ ਦੂਰ ਆਓ। ਇਹ ਜਿਹੜੇ ਬੰਦੇ ਹੁੰਦੇ ਨਾ, ਜਿਹੜੇ ਕਰੋਨਿਕ ਬਿਮਾਰੀਆਂ ਦੇ, ਜਿਹੜਾ ਡਾਇਬਿਟੀਜ਼ ਹੋ ਗਈ, ਜਿਹਨਾਂ ਬੰਦਿਆਂ ਨੂੰ ਇਹ ਸਟੀਰੋਇਡ ਦੇ ਉੱਤੇ ਹੈਗੇ, ਔਰ ਰੀਨਲ ਫੇਲਰ ਦੇ ਬੰਦੇ ਹੈਗੇ, ਇਮਿਊਨ ਕੰਪਰੋਮਾਈਜ਼ ਬੰਦੇ ਹੈਗੇ ਨੇ, ਉਹਨਾਂ ਨੂੰ ਬਹੁਤ ਹੀ ਸਪੈਸ਼ਲ ਪ੍ਰੀਕਾਸ਼ਨ ਦੀ ਲੋੜ ਹੈਗੀ। ਮਾਸਕ ਲੈ ਕੇ ਚੱਲੋ, ਤੁਸੀਂ ਹੋਰ ਤਾਂ ਕੁਛ ਕਰ ਨਹੀਂ ਸਕਦੇ, ਮਾਸਕ ਪਹਿਨ ਕੇ ਚੱਲੋ, ਔਰ ਆਉਣਾ ਜਾਣਾ ਕੰਮ ਕਰ ਦਿਓ। ਹੁਣ 2-4 ਮਹੀਨੇ ਕੀ ਫਰਕ ਪਊਗਾ ਤੁਹਾਨੂੰ? ਮਤਲਬ ਸੇਫਟੀ ਜਿੰਨੀ ਸਾਵਧਾਨੀ ਵਰਤਣੀ ਓਨੀ ਵਰਤਣੀ ਬੈਸਟ ਹੈਗੀ ਤੁਹਾਡੇ ਲਈ। ਡਾਕਟਰ,
we are living in the country which is best in everything, but unfortunately in the coronavirus period we are not successful to get any medicine right now. So what's your point on that, when we can get a proper medicine for this virus? Well, there's two aspects. Viruses are notoriously not responsive to most medicines. There's Tamiflu, which has a little effect on certain viruses done at just the right time. What we need is a vaccine. Mm-hmm. A vaccine seems very successful, but untested, unproven vaccines have unintended consequences that are unbelievable. So we need a vaccine. There is a company or two that believes if you get the respiratory disease component of the coronavirus, they can treat that and it might not be deadly. But that's in the works. Unfortunately, or fortunately, the FDA makes sure these things are tested properly, because unintended consequences or outcomes of treatments that fail, and it can take a year. If you give one kind of vaccine, a year later you can find out all these horrors that you created. So we don't have the epidemiological facts yet about this coronavirus. It's only been around for a few months, and we must see the spread pattern. We got to see, do a lot of people get it and not even get a little sick, and are they just carriers? There's all these questions, and scientists are currently working on it. Unfortunately, it doesn't work at the speed of our computers or our internet. Biological things that you do experiments, you're getting away from some of the computer stuff, and it's old-fashioned medicine that we have to use and do the statistics over the months, over the year, unfortunately, to nail these things down. If we talk about the China is the country which are making a nail to the planes, everything. But now they have a more than 91,000 patients which are in their country are affected with this virus. So what you're thinking, that happened to some blender in a lab, in their lab, or they are failure to get a proper medicine? What was behind this? Well, the bioethics of China is very different than in the United States, mm-hmm. almost opposite. In the United States, every life is precious. Autonomy is the rule of law, essentially. China is a communist country, and they want to feed a mass amount of population. Nothing wrong with where they're coming from. They're different. They are not focused on individual diseases within a country. They want to make military things to sell. They want to sell computers and microchips because they got to feed millions and billions and give them antibiotics. This new virus took them by surprise. They don't have the infrastructure the United States and Europe has. Okay. Dr. Kumar, we saw in especially ਅਸੀਂ ਕਹਿ ਸਕਦੇ ਕਿ ਅਸੀਂ ਨਿਊਯਾਰਕ ਦੇ ਵਿੱਚ ਵੀ ਵੇਖਿਆ, ਅਸੀਂ ਅਮਰੀਕਾ ਦੇ ਵੱਖਰੇ ਵੱਖਰੇ ਸ਼ਹਿਰਾਂ 'ਚ ਵੇਖਿਆ, ਪਿਛਲੇ ਕੁਝ ਦਿਨਾਂ ਤੋਂ ਜਿਹੜਾ ਲੋਕ ਇਕਦਮ ਹੀ ਜਿਹੜੇ ਨੇ ਉਹ ਡਰ ਗਏ ਇਸ ਚੀਜ਼ ਨੂੰ ਲੈ ਕੇ. ਬਹੁਤ ਸਾਰੀਆਂ ਜਗ੍ਹਾ 'ਤੇ ਵੀ ਖਬਰਾਂ ਆਈਆਂ ਕਿ ਜਿਹੜਾ ਅਸੀਂ ਸੈਨੀਟਾਈਜ਼ਰ ਯੂਜ਼ ਕਰਦੇ ਹਾਂ ਉਹ ਵੀ ਜਿਹੜਾ ਸਟੋਰਾਂ ਦੇ ਵਿੱਚੋਂ ਜਿਹੜਾ ਉਹ ਮੁੱਕ ਚੁੱਕਾ ਹੋਇਆ. ਮਾਸਕ ਦੀ ਅਗਰ ਗੱਲ ਕਰਦੇ ਹਾਂ ਤਾਂ ਉਹ ਵੀ ਹੈਗਾ, ਪਰ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਪ੍ਰੀਕੋਸ਼ਨ ਜਿਹੜੀ ਹੈਗੀ ਹੈ, ਸਾਵਧਾਨੀ ਜਿਹੜੀ ਹੈ, ਉਹ ਬਸ ਇਸ ਵੇਲੇ ਬੈਸਟ ਰੈਮੇਡੀ ਹੈਗੀ ਹੈ ਬਚਣ ਦੀ. ਅਤੇ ਲੋਕਾਂ ਦੇ ਵਿੱਚ ਜਿਹੜਾ ਪੈਨਿਕ ਕ੍ਰੀਏਟ ਹੋ ਰਿਹਾ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ, ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ? ਜੀ, ਪੈਨਿਕ ਤਾਂ ਦੇਖੋ ਡਾਕਟਰ ਸਾਹਿਬ, ਇਹ ਜੀ ਗੱਲ ਹੈ ਜੀ ਹੈਗੀ ਨਾ, ਮੀਡੀਆ ਦੀ ਵਜ੍ਹਾ ਨਾਲ ਬਹੁਤ ਪੈਨਿਕ ਹੋ ਗਿਆ ਲੋਕਾਂ ਦੇ ਵਿੱਚ. ਜੋ ਵੀ ਬੰਦਾ ਖੋਲਦਾ ਹੈਗਾ ਸੋਸ਼ਲ ਮੀਡੀਆ ਅਤੇ ਟੀਵੀ, ਉਹ ਇਹੀ ਗੱਲ ਕਰਦੇ ਕੋਰੋਨਾ ਵਾਇਰਸ, ਉਹਦੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਗੀ. ਮੋਰ ਦੈਨ ਕੋਰੋਨਾ ਵਾਇਰਸ, ਪੀਪਲ ਹੈਵ ਡਾਇਡ ਆਫ ਇਨਫਲੂਐਂਜ਼ਾ. ਓਕੇ, ਨਾ ਬਟ ਇਫ ਦਿਸ ਇਜ਼ ਸਮਥਿੰਗ ਨਿਊ, ਪੀਪਲ ਲਾਈਕ ਟੂ ਟਾਕ ਅਬਾਊਟ ਇਟ, ਦੇ ਸੈਲ ਦੇਅਰ ਪ੍ਰੋਡਕਟ ਜਸਟ ਬਾਏ ਟਾਕਿੰਗ ਕੋਰੋਨਾ, ਦਿਸ ਓਵਰ ਆਲ ਇਟ ਇਜ਼, ਐਂਡ ਦੇਅਰ ਨੋ ਵੈਕਸੀਨ ਫੋਰ ਕੋਰੋਨਾ ਵਾਇਰਸ ਰਾਈਟ ਨਾਓ. ਤੇ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਵਾਈਟ ਹਾਊਸ ਦੇ ਵਿੱਚ ਵੀ ਇੱਕ ਸਪੈਸ਼ਲ ਜਿਹੜੀ ਹੈ ਕਮੇਟੀ ਕੀਤੀ ਗਈ ਹੈ, ਕਮੇਟੀ ਦੀ ਜਿਹੜੀ ਚੇਅਰ ਹੈ ਇਸ ਵੇਲੇ ਉਹ ਵਾਈਸ ਪ੍ਰੈਜੀਡੈਂਟ ਜਿਹੜੇ ਨੇ ਆਪ ਸੰਭਾਲ ਰਹੇ ਨੇ, ਔਰ ਹਰ ਇੱਕ ਚੀਜ਼ ਨੂੰ ਜਿਹੜਾ ਨੋਟ ਡਾਊਨ ਕੀਤਾ ਜਾ ਰਿਹਾ, ਤਾਂ ਉਹਨਾਂ ਵੱਲੋਂ ਭਰੋਸਾ ਵੀ ਦਿੱਤਾ ਜਾ ਰਿਹਾ ਕਿ ਕੁਛ ਵੀ ਹੋ ਜਾਏ ਅਸੀਂ ਜਿਹੜਾ ਇਸ ਚੀਜ਼ ਨੂੰ ਅੱਗੇ ਵਧਣ ਨਹੀਂ ਦੇਣਾ, ਅਤੇ ਸਾਨੂੰ ਜੇ ਲੋੜ ਵੀ ਪਈ ਤਾਂ ਹਰੇਕ ਅਮੈਰੀਕਨ ਦਾ ਵੀ ਜਿਹੜਾ ਉਹ ਅਸੀਂ ਮੈਡੀਕਲ ਟੈਸਟ ਜਿਹੜਾ ਉਹ ਕਰਵਾਉਣ ਦੀ ਪੋਜੀਸ਼ਨ 'ਚ ਚਲੇ ਜਾਵਾਂਗੇ. ਅਤੇ ਆਪਣੇ ਆਪ 'ਚ ਆਈ ਥਿੰਕ ਬਹੁਤ ਵੱਡੇ ਵਰਡਸ ਹੈਗੇ ਨੇ ਭਰੋਸੇ ਵਾਸਤੇ. ਤੋ ਤੁਹਾਨੂੰ ਯਾਦ ਹੋਊਗਾ ਕਦੇ ਫਿਊ ਈਅਰਸ ਬੈਕ ਈਬੋਲਾ ਵਾਇਰਸ ਆਇਆ ਸੀਗਾ ਇੱਧਰ, ਹਾਂਜੀ, ਅਸੀਂ ਕ੍ਰਸ਼ ਕੀਤਾ ਨਹੀਂ ਕੀਤਾ, ਬਿਲਕੁਲ, ਉਸਦੇ ਬਾਅਦ ਤੋਂ ਈਬੋਲਾ ਨਹੀਂ ਹੋਇਆ ਇੱਧਰ,
ਉਸੇ ਕਰਕੇ ਵਾਈਟ ਹਾਊਸ ਦੇ ਵੀ ਇਹੀ ਪਲਾਨਿੰਗ ਹੈਗੀ ਦੇ ਵਿਲ ਨਾਟ ਲੈਟ ਅਮੈਰੀਕਨ ਸਫਰ ਫਰੋਮ ਦ ਕੋਰੋਨਾ ਵਾਇਰਸ ਡਿਜ਼ੀਜ਼ ਤੇ ਦੇ ਟੇਕ ਦ ਲਾਈਫ ਵੈਰੀ ਸੀਰੀਅਸਲੀ ਓਕੇ ਦੋਸਤੋ ਜਿਸ ਤਰੀਕੇ ਨਾਲ ਅਗਰ ਗੱਲ ਕਰੀਏ ਤਾਂ ਇੱਕ ਚੀਜ਼ ਹੋਰ ਵੀ ਆਉਂਦੀ ਹੈ ਕਿ ਚਾਈਨਾ ਦੇ ਵਿੱਚ ਬਹੁਤ ਪਹਿਲਾਂ ਜਿਹੜਾ ਇਸ ਵਾਇਰਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਚੁੱਕਾ ਹੋਇਆ ਸੀ ਪਰ ਬਹੁਤ ਸਾਰੀਆਂ ਕੰਟਰੀਜ਼ ਨੇ ਸ਼ਾਇਦ ਉਸ ਵੇਲੇ ਇਮੀਡੀਏਟਲੀ ਸਟੈਪ ਨਹੀਂ ਲਿਆ ਉਸ ਵੇਲੇ ਇੱਕਦਮ ਜਿਹੜਾ ਕਹਿੰਦੇ ਨੇ ਕਿ ਇਮੀਡੀਏਟ ਰਿਸਪੌਂਸ ਕਰਨਾ ਉਹ ਸ਼ਾਇਦ ਨਹੀਂ ਹੋ ਪਾਇਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਡਿਲੇ ਜਿਹੜਾ ਇਹ ਆਪਣੇ ਆਪ ਨੂੰ ਇਸ ਅੱਗੇ ਵਧਣ ਵਾਸਤੇ ਇੱਕ ਵੱਡਾ ਕਾਰਨ ਬਣਿਆ ਇਹ ਜਿਹਾ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿਉਂਕਿ ਵਾਇਰਸ ਜਿਹੜਾ ਹੁੰਦਾ ਨਾ ਵਾਇਰਲ ਡਿਜ਼ੀਜ਼ ਜੀ ਜੀ ਉਹ ਕਿਸੇ ਬਾਉਂਡਰੀ ਨਹੀਂ ਦੇਖਦੀ ਕਿਸੇ ਕੰਟੀਨਿਊ ਨਹੀਂ ਦੇਖਦੀ ਕਿਸੇ ਹਵਾ ਨੂੰ ਦੇਖਦੀ ਹੈ ਜੀ ਉਹ ਤਾਂ ਵਾਇਰਸ ਨੇ ਉੱਡ ਹੀ ਜਾਣਾ ਹੈ ਸਮਝੇ ਕਿੰਨਾ ਤੁਸੀਂ ਪ੍ਰਕਾਸ਼ਨ ਲਓਗੇ ਹਰ ਬੰਦੇ ਔਨ ਦੀ ਏਅਰ ਤੇ ਦੇ ਡੋਂਟ ਹੈਵ ਸੈਨੀਟਾਈਜ਼ਰ ਵਿਦ ਦੈਮ ਜੀ ਜੀ ਲੈਟਸ ਬੀ ਰੀਅਲਿਸਟਿਕ ਨਾਟ ਐਵਰੀਬਾਡੀ ਗਾਟ ਮਾਸਕ ਆਨ ਵਿਦ ਦੈਮ ਇਵਨ ਚਾਈਨਾ ਰਨ ਆਊਟ ਆਫ ਦ ਮਾਸਕ ਟੂ ਇਨ ਯੂਐਸ ਆਲਸੋ ਵੀ ਰਨਿੰਗ ਆਊਟ ਦ ਮਾਸਕ ਆਲਸੋ ਹਰ ਆਪਣਾ ਜਿਹੜੇ ਬੰਦੇ ਨੇ ਸਰ ਮੈਕਸੀਮਮ ਇਹਨਾਂ ਦਾ ਪ੍ਰਕਾਸ਼ਨ ਲੈ ਲਿੱਤੀ ਹੈਗੀ ਐਂਡ ਦੇ ਸਮਥਿੰਗ ਯੂ ਕੈਨ ਡੂ ਇਟ ਇਟਸ ਨਾਟ ਦੈਟ ਪੀਪਲ ਗਾਟ ਇਨਫੈਕਸ਼ਨ ਬਾਈ ਜਸਟ ਬਾਈ ਵਿਜ਼ਿਟਿੰਗ ਚਾਈਨਾ ਦੇ ਗਾਟ ਇਨਫੈਕਸ਼ਨ ਫਰੋਮ ਪਰਸਨ ਟੂ ਪਰਸਨ ਹੂ ਗਾਟ ਕੰਟੈਕਟ ਡਿਜ਼ੀਜ਼ ਸਮਵੇਅਰ ਐਲਸ ਟੂ ਓਕੇ ਸਮਝੇ ਠੀਕ ਹੈ ਤਾਂ ਇਟ ਇਜ਼ ਲਿਟਲ ਡਿਫਰੈਂਟ ਦੈਨ ਦ ਬੈਕਟੀਰੀਅਲ ਇਨਫੈਕਸ਼ਨ ਓਕੇ ਡਾਕਟਰ ਹਾਰਟ ਲਾਈਕ America, there are so many countries now, they are making one kind of the ban, okay, there is no space for other tourists or other people who can come to this country, especially those are affected. So they clearly mentioned, okay, there is no need to become if you does not have any important work with us. Today, the Australia also did the same and they said, okay, please stop if you have important work, then come to our country, otherwise please stay at your home. There is no need to be make more panic or spread the this virus everywhere. So what do you think about this? Is really a good cause or a good step to stop this virus? Well, there are pockets and areas that are prone to the virus, so we really do have to worry about that. Yes, at this point we don't exactly understand how virulent it is, how deadly the morbidity and mortality rates are. There's so many questions, great questions with few answers. Science will get these answers. Yes. But in the meantime, understand how humans get most of our viruses, you, me, everybody. Most of our viruses are contacted with the eyes, the nose and the mouth, the face. When we touch our face, there are mucous membranes, and these virus can invade our body mostly through these mucous membranes. Not even the mouth so much. We got some good hydrochloric acid in our bellies. Okay. The nose and the eyes. But when you go to an elevator, for instance, you shouldn't really touch those elevator buttons. You should take your pen and push the elevator button. Should not touch your finger to the elevator button because that's one of the most contaminated places and nobody even thinks about it. But you don't know if you are affecting already the contaminated area and there should be a hand cover or gloves or something. There's no need to be touched any surface. Well, in a situation where I'm clinically functioning, there's tons of extra precautions you would take. But when, for instance, my class was canceled tomorrow at Columbia University. It was a biomedical ethics class, and doing it by the computer. Because when you get to the ultimate definition, the less people you see, the less germs you're going to get. I don't care if it's the flu or whatever germ. The less people you see, the more you're isolated, the less likely you are to get somebody's germs. But humanity cannot survive that way. We're a very interconnected, globalized thing, and you're just stopping movement within our world. That's a different world we're going to live in if it becomes a pandemic. Very, very, very much true. Dr. Kumar, ek apne India te Pakistan bare vi khas taur te gal kiti jandi hai ki ਦੋਵਾਂ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਪਾਕਿਸਤਾਨ ਦੇ ਵਿੱਚ ਜਿਹੜੀ ਆ ਚਾਈਨੀਜ਼ ਦੀ ਐਕਟੀਵਿਟੀ ਜਿਹੜੀ ਆ ਬਹੁਤ ਜ਼ਿਆਦਾ ਹੈ ਕਿਉਂਕਿ ਸੀ ਪੋਰਟ ਬਣਾਉਂਦੇ ਨੇ ਉਹ ਬਹੁਤ ਕੁਛ ਉੱਥੇ ਜਿਹੜਾ ਕੰਸਟਰਕਸ਼ਨ ਚੱਲ ਰਿਹਾ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜਿਹੜਾ ਇਸ ਬਿਮਾਰੀ ਦਾ ਇੰਪੈਕਟ ਜਿਹੜਾ ਬੜਾ ਘੱਟ ਹੈਗਾ ਜਿਸ ਤਰੀਕੇ ਨਾਲ ਚਾਈਨਾ ਦੇ ਵਿੱਚ ਤਾਂ ਬਹੁਤ ਬੁਰੇ ਹਾਲ ਨੇ ਇੰਡੀਆ ਅਤੇ ਪਾਕਿਸਤਾਨ ਜਿਹੜੇ ਅਜੇ ਤੱਕ ਬਚੇ ਹੋਏ ਨੇ ਭਾਵੇਂ ਅਸੀਂ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿ ਕੇ ਥੋੜ੍ਹਾ ਜਿਹਾ ਸਾਰ ਲਈਏ ਬਟ ਫਿਰ ਵੀ ਇੱਕ ਜਿਹੜਾ ਇਹਦਾ ਇੰਪੈਕਟ ਤਾਂ ਹੋਣਾ ਚਾਹੀਦਾ ਕੀ ਲੱਗਦਾ ਹੈ ਕਿ ਇਹ
ਹਵਾ ਜਿਹੜੀ ਹੈ ਇਸ ਵਾਇਰਸ ਨੂੰ ਸਪਰੈਡ ਨਹੀਂ ਕਰ ਪਾ ਰਹੀ, ਜਾਂ ਜਿਹੜੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਹਿਊਮਨ ਟੂ ਹਿਊਮਨ ਜਿਹੜਾ ਇਹ ਇੱਕ ਜਿਹੜਾ ਜ਼ਰੀਆ ਬਣ ਰਿਹਾ, ਇੱਕ ਜਿਹੜਾ ਇਹ 'ਚ ਕੋਰਸਪੋਂਡੈਂਸ ਹੋ ਰਹੀ ਹੈ ਜਿਹਦੇ ਕਰਕੇ ਵਾਇਰਸ ਜਿਹੜਾ ਸਭ ਤੋਂ ਜ਼ਿਆਦਾ ਫੈਲਿਆ, ਕੀ ਕਾਰਨ ਹੈ? ਇੱਕ ਤਾਂ ਟੈਂਪਰੇਚਰ ਵੀ ਹੋ ਸਕਦਾ ਹੈਗਾ, ਟੈਂਪਰੇਚਰ ਇੰਡੀਆ ਅਤੇ ਪਾਕਿਸਤਾਨ ਹੁਣ ਤਾਂ ਕਿੰਨਾ ਹੋਣਾ ਜੀ, 70-80 ਫਾਰਨਹਾਈਟ ਹੋਣਾ ਜੀ ਜੀ, ਇਹ ਗਰਮ ਦੇ ਬਾਰੇ ਜ਼ਿਆਦਾ ਇਹਦੇ ਰਹਿੰਦਾ ਨਹੀਂ ਹੈਗਾ। ਤਾਂ ਹੀ ਤਾਂ ਲੋਕ ਉਮੀਦ ਕਰਦੇ ਨਾ ਜਦੋਂ ਸਮਰ ਆਊਗੀ ਵਾਇਰਸ ਨਿਕਲ ਜੂਗਾ, ਜਿੱਦਾਂ ਫਲੂ ਦੇ ਵਾਇਰਸ ਹੁੰਦਾ ਨਾ, ਸਮਰ ਤੱਕ ਤੁਸੀਂ ਫਲੂ ਦੇਖਦੇ ਨਹੀਂ ਹੋ, ਉਸ ਕਰਕੇ ਉਹ ਨਹੀਂ ਹੋ ਸਕਦਾ ਹੈਗਾ। ਔਰ ਦੂਜੀ ਗੱਲ ਇਹ ਹੈਗੀ ਕਿ ਟੈਸਟ ਕਿਵੇਂ ਕਰੋਗੇ, ਟੈਸਟ ਕਿੱਟ ਵੀ ਹੋਣੀ ਚਾਹੀਦੀ ਤੁਹਾਡੇ ਕੋਲ, ਬਿਲਕੁਲ ਟੈਸਟ ਹੈਗੀ ਨਹੀਂ, ਕੌਣ ਕਰਦਾ ਕੌਣ ਨਹੀਂ ਕਰਦਾ, ਤਾਂ ਥੋੜ੍ਹੇ ਬਹੁਤ ਜਿਹੜੇ ਅਨਆਨਸਰਡ ਕੁਸ਼ਚਨ ਹੈਗੇ, ਕਿੰਨੇ ਹੈਗੇ ਕਿੰਨੇ ਨਹੀਂ ਹੈਗੇ, ਆਈ ਡੋਂਟ ਨਾਟ ਨੋ, ਦੇ ਸੇ ਦੇ ਡੋਂਟ ਹੈਵ ਐਨੀ, ਓਕੇ ਬਟ ਆਈ ਐਮ ਨਾਟ ਸ਼ੋਰ। ਅਤੇ ਡਾਕਟਰ ਸਾਹਿਬ ਇਹਦੇ 'ਚ ਇੱਕ ਚੀਜ਼ ਜਿਹੜੀ ਹੋਰ ਗੱਲ ਕਰੀਏ, ਜਿਸ ਤਰ੍ਹਾਂ ਕਹਿ ਸਕਦੇ ਕਿ ਟੂਰਿਜ਼ਮ ਇੰਡਸਟਰੀ ਜਿਹੜੀ ਹੈ, ਬਾਕੀ ਭਾਵੇਂ ਕੁਛ ਹੋਇਆ ਨਾ ਹੋਵੇ, ਉਹ ਪੂਰੇ ਤਰੀਕੇ ਨਾਲ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਅੱਜ ਦੀ ਤਰੀਕ ਦੇ ਵਿੱਚ। ਅਤੇ ਇਹਦੇ 'ਚ ਹੋਰ ਜੇ ਅਗਰ ਆਪਾਂ ਖੁੱਲ੍ਹ ਕੇ ਗੱਲ ਕਰੀਏ ਤਾਂ ਮੈਡੀਕਲ ਖੇਤਰ ਦੇ ਵਿੱਚ ਵੀ ਜਿਹੜਾ ਇਸ ਵੈਕਸੀਨ ਨੂੰ ਬਣਾਏਗਾ ਜਾਂ ਜਿਹੜਾ ਵੀ ਇਹ ਦਵਾਈ ਨੂੰ ਕ੍ਰੀਏਟ ਕਰੇਗਾ, ਨੈਚੁਰਲੀ ਇਹਦੇ ਵਾਸਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਖਬਰਾਂ ਦੇ ਵਿੱਚ, ਸਾਨੂੰ ਵੀ ਪੜ੍ਹਨ ਨੂੰ ਮੌਕਾ ਮਿਲਿਆ ਕਿ 7.5 ਬਿਲੀਅਨ ਜਿਹੜਾ ਡਾਲਰ ਹੈ ਐਮਰਜੈਂਸੀ ਫੰਡ ਜਿਹੜਾ ਰੇਜ਼ ਕੀਤਾ ਗਿਆ ਕਿ ਜੇ ਕੋਈ ਸਾਨੂੰ ਲੱਭਦਾ ਤਾਂ ਜ਼ਰੂਰ ਇਹਨੂੰ ਜਿਹੜਾ ਇਹਦੇ ਉੱਤੇ ਮੈਡੀਸਿਨ ਜਿਹੜੀ ਉਹ ਤਿਆਰ ਕੀਤੀ ਜਾਵੇ। ਅਤੇ ਕਿੰਨੇ ਕੁ ਚਿਰ ਤੱਕ ਜਿਹੜਾ ਇਹਦਾ ਗੈਸ ਹੈਗਾ ਕਿ ਜਿਹੜੀ ਮੈਡੀਸਿਨ ਜਿਹੜੀ ਉਹ ਆ ਸਕਦੀ ਆ, ਜਾਂ ਜਿਸ ਤਰੀਕੇ ਨਾਲ ਆਪਾਂ ਵੀਡੀਓਜ਼ ਵੀ ਕੁਛ ਦੇਖੀਆਂ ਨੇ ਇਸ ਸ਼ੋਅ ਤੋਂ ਪਹਿਲਾਂ ਵੀ ਕਿ ਕੁਛ ਲੋਕ ਕਲੇਮ ਵੀ ਕਰ ਰਹੇ ਨੇ ਕਿ ਸਾਡੇ ਕੋਲ ਜਿਹੜੀ ਮੈਡੀਸਿਨ ਆ ਚੁੱਕੀ ਹੋਈ ਹੈ, ਕੀ ਕਹੋਗੇ ਇਹਦੇ ਬਾਰੇ? ਮੈਂ ਡੈਫੀਨੇਟ ਆਨਸਰ ਤਾਂ ਨਹੀਂ ਕਹਿ ਸਕਦਾ ਦੇ ਸਕਦਾ ਮੈਂ ਤਾਂ ਜੀ, ਇਹ ਵੀ ਕਹਾਂਗਾ ਕਿ 2-3 ਮਹੀਨੇ ਤਾਂ ਲੱਗ ਜਾਣਗੇ ਇਹਨਾਂ ਨੂੰ ਕਰਦੇ ਕਰਦੇ। ਦੇਖੋ ਜੀ, ਵੈਕਸੀਨ ਕਰਨ ਤਿਆਰ ਤਾਂ ਕਰ ਲਿੱਤੀ ਜੀ, ਫਿਰ ਤੁਸੀਂ ਦੇਖੋਗੇ ਕਿ ਮੈਂ ਕਿ ਕੰਮ ਕਰ ਰਹੀ ਨਹੀਂ ਕਰ ਰਹੀ, ਦੈਨ ਯੂ ਹੈਵ ਟੂ ਹੈਵ ਏ ਸਮ ਐਕਸਪੈਰੀਮੈਂਟ ਆਲਸੋ, ਫਿਰ ਦੇਖੋਗੇ ਸੇਫ ਹੈਗੀ ਬੰਦੇ ਦੇ ਉੱਤੇ ਨਹੀਂ ਹੈਗੀ ਸੇਫ। ਇਟ ਟੇਕਸ ਲਾਟ ਆਫ ਟਾਈਮ, ਇਟ ਡਜ਼ ਨਾਟ ਗੈਟ ਰਿਵੋਲਵ ਰਾਈਟ ਅਵੇ, ਸਮ ਟਾਈਮ ਇਟ ਟੇਕਸ ਮੰਥਸ ਟੂਗੈਦਰ। ਮਤਲਬ ਕਿ ਆਪਣਾ ਇੰਡੀਆ ਵਾਲਾ ਸਿਸਟਮ ਇਹ ਹੈ ਕਿ ਨੀਮ ਹਕੀਮ ਦੀ ਜਿਹੜੀ ਦਵਾਈ ਹੈ ਮਿੰਟੋ ਮਿੰਟ ਦੇ ਕੇ ਜਿਹੜਾ ਉਹਦਾ ਚੈੱਕ ਕਰ ਲਈਏ ਕਿ ਕੰਮ ਕਰਦੀ ਕਿ ਨਹੀਂ ਕਰਦੀ, ਪਹਿਲਾਂ ਇਹਦੇ ਉੱਤੇ ਐਕਸਪੈਰੀਮੈਂਟਸ ਹੋਣਗੇ, ਸਾਰਾ ਕੁਝ ਟੈਸਟ ਹੋਣ ਤੋਂ ਬਾਅਦ ਜਿਹੜੇ ਮਾਰਕੀਟ 'ਚ ਆਏਗੀ ਰਾਈਟ ਜੀ। ਅਤੇ ਡਾਕਟਰ ਹਾਚ, ਵਟਸ ਯੂਰ ਮੈਸੇਜ ਫੋਰ ਦ ਆਡੀਅੰਸ ਟੂਡੇ ਕਿ ਦੇਰ ਇਜ਼ ਹਾਊ ਦੇ ਕੈਨ ਸੇਵ ਯੂਰਸੈਲਫ ਐਂਡ ਹਾਊ ਦੇ ਕੈਨ ਲਿਵ ਇਨ ਦਿਸ ਫੀਅਰਫੁਲ ਏਰੀਆ ਟੂ ਦੈਸ ਓਕੇ ਆਮ ਸੇਫ, ਮਾਈ ਫੈਮਲੀ ਇਜ਼ ਸੇਫ, ਵਟਸ ਯੂਰ ਮੈਸੇਜ ਟੂ ਦੈਮ? Well, to keep yourself healthiest, you don't want to touch things. You certainly don't want to touch your face very much, or your ears, sticking your finger in your ears or your nose or your eyes. Eyes are notorious for so easy for the virus to get into the mucous membranes. And, you know, it's a very scary thought on the one hand, but on the other hand, medicine has conquered polio, it's conquered... doesn't conquer the flu completely. The measles we've done darn good at, except if you don't take the vaccines. But there's hope, and the vaccine cannot be too far away, in my estimation, from the modern sciences I've seen. Bilkul, Dr. Saab ne jadi main gal kar rahe ne ki eh jada area hai, bada dangerous area hai ga. ਜਦੋਂ ਵੀ ਕਿਤੇ ਗਲਤੀ ਨਾ ਵੀ ਤੁਸੀਂ ਕਿਸੇ ਸਰਫੇਸ ਨੂੰ ਟੱਚ ਕਰਦੇ ਹੋ ਤਾਂ ਇੱਥੇ ਜਿਹੜਾ ਹੱਥ ਜਿਹੜੇ ਨੇ ਨਾ ਲੈ ਕੇ ਜਾਓ, ਕਿਉਂਕਿ ਜਿਹੜਾ ਵਾਇਰਸ ਹੈ ਬਹੁਤ ਈਜ਼ੀਲੀ ਜਿਹੜਾ ਉਹ ਤੁਹਾਡੀ ਬਾਡੀ 'ਚ ਜਾਏਗਾ, ਅਤੇ ਇਸ ਏਰੀਆ ਦੇ ਵਿੱਚ ਜਿਹਨੂੰ ਟੀ ਪੁਆਇੰਟ ਵੀ ਆਪਾਂ ਕਹਿੰਦੇ ਹਾਂ, ਇਹਦੇ ਥਾਂ ਨਹੀਂ ਜਾ ਸਕਦਾ ਮੂੰਹ ਅਜੇ, ਕਿਉਂਕਿ ਡਾਕਟਰ ਸਾਹਿਬ ਨੇ ਪਹਿਲਾਂ ਕਿਹਾ ਕਿ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਐਸਿਡ ਹੁੰਦਾ, ਸੋ ਉੱਥੇ ਜਿਹੜਾ ਇਫੈਕਟ ਘੱਟ ਹੈ, ਪਰ ਅੱਖਾਂ ਅਤੇ ਨੱਕ ਅਤੇ ਕੰਨ ਜਿਹੜੇ ਨੇ ਇਹ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਡੇਂਜਰਸ ਹੈਗੇ ਨੇ। ਡਾਕਟਰ ਸਾਹਿਬ ਤੁਹਾਡਾ ਕੀ ਸੁਝਾਅ? ਮੈਂ ਤੁਸੀਂ ਸਾਰੇ ਸਮਰਾਈਜ਼ ਕਰਤਾ, ਮੇਰਾ ਤਾਂ ਹੋਰ ਕੁਝ ਹੈ ਨਹੀਂ, just limit your movement and have all the precautions ready in the life, use hand sanitizer, and best thing is soap and water, 20-second hand wash, that will do lot of work. ਬਿਲਕੁਲ, ਅਤੇ ਡਾਕਟਰ ਕੁਮਾਰ ਹੋਣਾ ਨੇ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਸੀ, ਮੈਂ ਉਹ ਵੀ ਤੁਹਾਨੂੰ ਜਿਹੜਾ ਐਕਸਪਲੇਨ ਕਰ ਦਿੰਦਾ, 6 ਫੁੱਟ ਦੀ ਦੂਰੀ ਘੱਟ ਤੋਂ ਘੱਟ ਜਿਹੜੀ ਉਹ ਬਣਾ ਕੇ ਰੱਖੋ, ਕੋਸ਼ਿਸ਼ ਕਰੋ ਕਿ ਆਪਣੀ ਜਿਹੜੀਆਂ ਆਦਤਾਂ ਹੈਗੀਆਂ ਨੇ ਬਾਡੀ ਨੂੰ ਟੱਚ ਕਰਨ ਦੀਆਂ, ਉਹਨੂੰ ਜਿਹੜਾ ਬਹੁਤ ਜ਼ਿਆਦਾ ਘਟਾ ਦਿਓ, ਡਰਨ ਦੀ ਲੋੜ ਨਹੀਂ ਹੈਗੀ, ਅਹਿਤਿਆਤ ਵਰਤੋਂ ਜਿੰਨੀ ਵਰਤ ਸਕਦੇ ਹੋ, ਇਹ ਅਹਿਤਿਆਤ ਜਿਹੜੀ ਹੈ ਤੁਹਾਨੂੰ ਬਚਾ ਸਕਦੀ ਹੈ ਅਤੇ ਕਿਸੇ ਵੀ ਤਰੀਕੇ ਦੇ ਫਿਊਚਰ ਰਿਸਕ ਤੋਂ ਜਿਹੜਾ ਤੁਹਾਨੂੰ ਉਹ ਜਿਹੜਾ ਸੇਵ ਕਰ ਸਕਦੇ ਨੇ। ਦੋਵੇਂ ਡਾਕਟਰ ਜਿਹੜੇ ਹੈਗੇ ਨੇ ਬਿਲਕੁਲ ਉਹਨਾਂ ਨੇ ਇਹ ਗੱਲ ਕਰਨ ਦੀ ਹੁਣ ਤੱਕ ਕੋਸ਼ਿਸ਼ ਕੀਤੀ ਹੈ ਕਿ ਮੈਡੀਸਿਨ ਹਜੇ ਤੱਕ ਜਿਹੜੀ ਹੈ ਸਾਡੇ ਕੋਲ ਦੂਰ ਹੈਗੀ ਹੈ, ਬਟ ਪ੍ਰੀਕੋਸ਼ਨ ਜਿਹੜੀ ਉਹ ਸਾਡੇ ਹੱਥ ਦੇ ਵਿੱਚ ਹੈਗੀ ਹੈ, ਡਰਨ ਦੇ ਨਾਲੋਂ ਡਰਾਉਣ ਦੇ ਨਾਲੋਂ ਚੰਗਾ ਹੈ ਕਿ ਆਪਾਂ ਪ੍ਰੀਕੋਸ਼ਨ ਵਰਤੀਏ, ਫਾਲਤੂ ਜਗ੍ਹਾ 'ਤੇ ਜਿਹੜਾ ਜਾਣਾ ਬੰਦ ਕਰੀਏ, ਪਬਲਿਕ ਪਲੇਸਿਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਟੱਚ ਕਰਨ ਤੋਂ ਜਿਹੜਾ ਗੁਰੇਜ਼ ਕਰੀਏ, ਅਤੇ ਆਪਣੇ ਆਪ ਜਿਹੜਾ ਅਸੀਂ ਇਸ ਨੂੰ ਅੱਗੇ ਫੈਲਣ ਤੋਂ ਜਿਹੜਾ
ਰੋਕ ਸਕਦੇ ਹਾਂ। ਹਾਲ ਦੀ ਘੜੀ ਸਾਨੂੰ ਜਿਹੜਾ ਆਪਣੇ ਆਪ 'ਚ ਬਲੈਸਡ ਹੋਣਾ ਚਾਹੀਦਾ ਕਿ ਅਸੀਂ ਉਸ ਮੁਲਕ ਦੇ ਵਿੱਚ ਹੈਗੇ ਹਾਂ ਜਿੱਥੋਂ ਦੀ ਗੌਰਮੈਂਟ ਜਿਹੜੀ ਇਸ ਵੇਲੇ ਪੂਰਾ ਦਿਨ ਰਾਤ ਜਿਹੜਾ ਕਰਕੇ ਕੋਸ਼ਿਸ਼ ਕਰ ਰਹੀ ਹੈ ਕਿ ਜਿੰਨੀ ਜਲਦੀ ਹੋਵੇ ਮੈਡੀਸਨ ਆਵੇ, ਜਿੰਨੀ ਜਲਦੀ ਹੋਵੇ ਲੋਕਾਂ ਨੂੰ ਇਸ ਡਰ ਇਸ ਫੀਅਰ ਤੋਂ ਜਿਹੜਾ ਬਾਹਰ ਕੱਢਿਆ ਜਾਵੇ। ਸੋ ਆਈ ਥਿੰਕ ਦੈਟਸ ਦ ਮੈਸੇਜ ਫੋਰ ਦ ਓਵਰ ਕਮਿਊਨਿਟੀ। ਇਨਡੀਡ ਇਟ ਇਜ਼। ਸਟੇ ਕਾਮ ਬਟ ਬੀ ਕਲੀਨ। ਯਾ ਬਿਲਕੁਲ, ਜਿਹੜਾ ਚੁੱਪ ਰਹੋ, ਡਰੋ ਨਾ, ਪਰ ਜਿਹੜਾ ਆਪਣੇ ਆਪ ਨੂੰ ਕਲੀਨ ਰੱਖੋ, ਕੋਸ਼ਿਸ਼ ਕਰੋ। ਸੈਨੀਟਾਈਜ਼ਰ ਨਹੀਂ ਮਿਲ ਰਿਹਾ, ਡਰਨ ਦੀ ਲੋੜ ਨਹੀਂ ਹੈ। ਸਾਬਣ ਘਰਾਂ ਦੇ ਵਿੱਚ ਆਉਂਦੇ ਨੇ, ਸਾਬਣ ਦੇ ਨਾਲ ਹੱਥ ਧੋ ਲਓ। ਇਹ ਆਪਣੇ ਆਪ 'ਚ ਹੈਗਾ, ਕਿਉਂਕਿ ਇਸ ਸ਼ੋਧ ਕਰਨ ਦਾ ਸਾਡਾ ਇੱਕੋ ਹੀ ਕਾਰਨ ਹੈਗਾ ਕਿ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ, ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਹੱਲ ਹੈ। ਜੇ ਸਾਡੇ ਕੋਲ ਮੈਡੀਸਨ ਨਹੀਂ ਹੈਗੀ, ਅਸੀਂ ਉਹਨਾਂ ਕੰਟਰੀਜ਼ ਵਿੱਚੋਂ ਆਏ ਹਾਂ ਜਿੱਥੇ ਬੜੇ ਸਮਾਂ ਪਹਿਲਾਂ ਵੀ ਜਿਹੜੀਆਂ ਮੈਡੀਸਨ ਨਹੀਂ ਸੀ ਹੁੰਦੀਆਂ, ਪਰ ਪ੍ਰੀਕੋਸ਼ਨ ਧਿਆਨ ਜਿਹੜਾ ਸੀ ਉਹ ਆਪਾਂ ਨੂੰ ਬੜੀ ਚੀਜ਼ਾਂ ਤੋਂ ਜਿਹੜਾ ਬਚਾਉਂਦਾ ਰਿਹਾ। ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਪੁਰਾਣੀਆਂ ਜਿਹੜੀਆਂ ਬਿਮਾਰੀਆਂ ਦਾ ਵੀ ਜਿਹੜਾ ਉਹ ਨਾਮ ਦੱਸਿਆ, ਮੈਂ ਇੱਥੇ ਦੁਬਾਰਾ ਦੁਬਾਰਾ ਉਹਦਾ ਜ਼ਿਕਰ ਨਹੀਂ ਕਰਨਾ ਚਾਹੀਦਾ, ਪਰ ਉਹ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਸੀ, ਬਹੁਤ ਡੇਂਜਰਸ ਸੀ। ਲੇਕਿਨ ਇਹ ਫਿਰ ਵੀ ਜਿਹੜਾ ਇਹਦਾ ਕਹਿ ਦੇ ਕਿ ਜਿਹੜਾ ਮਾਰ ਰੇਟ ਹੈਗਾ ਉਹ ਬਹੁਤ ਘੱਟ ਹੈ, 2.4% ਹੁਣ ਤੱਕ ਹੈਗਾ। ਸੋ ਆਪਣੇ ਆਪ ਨੂੰ ਅਸੀਂ ਵੀ ਕਹਿੰਦੇ ਹਾਂ ਸੇਫ ਰੱਖੋ ਜਿੰਨਾ ਵੀ ਹੋ ਸਕਦਾ। ਸੋ ਮੇਜਰ ਖਬਰਾਂ ਹੈਗੀਆਂ ਸਨ, ਇੱਕ ਕਰੋਨਾ ਵਾਇਰਸ ਜਿਹੜਾ ਲਗਾਤਾਰ ਜਿਹਨੇ ਆਪਣੇ ਪੈਰ ਜਿਹੜਾ ਪਸਾਰਿਆ ਅਤੇ ਲੋਕ ਉਹਦੇ ਨਾਲ ਡਰੇ ਹੋਏ ਨੇ, ਉਸ ਦੇ ਉੱਤੇ ਅਸੀਂ ਅੱਜ ਜਿਹੜੀ ਉਹ ਗੱਲਬਾਤ ਕਰ ਰਹੇ ਸਾਂ। ਪਰ ਹੁਣ ਕੱਲ੍ਹ ਜਿਹੜੀ ਹੈ ਸੁਪਰ ਟਿਊਜ਼ਡੇ ਜਿਹੜਾ ਹੋਇਆ, ਉਹਦੇ ਵਿੱਚ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਵੱਡੀਆਂ ਜਿਹੜੀਆਂ ਨੇ ਹਲਚਲ ਹੋਈਆਂ ਨੇ। ਅਤੇ ਜਿਹੜੀ ਇੱਥੇ ਪ੍ਰਾਇਮਰੀ ਇਲੈਕਸ਼ਨ ਹੈ, ਪ੍ਰਾਇਮਰੀ ਇਲੈਕਸ਼ਨ ਦੇ ਜਿਹੜੇ ਨੇ ਹਾਫ ਰਿਜ਼ਲਟ ਜਿਹੜੇ ਨੇ ਆ ਚੁੱਕੇ ਹੋਏ ਨੇ, ਅਤੇ ਉਹਦਾ ਕੀ ਸਮੀਕਰਨ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਹੜੀਆਂ ਪਾਰਟੀਆਂ ਤੋਂ ਕਿਹੜੇ ਉਮੀਦਵਾਰ ਹੋਣਗੇ, ਉਹਦੇ ਉੱਤੇ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਦੋ ਕਹਿੰਦੇ ਕਿ ਮੱਝੇ ਹੋਏ ਅਸੀਂ ਪੋਲੀਟੀਕਲੀ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਨੇ, ਅਸੀਂ ਉਹਨਾਂ ਨੂੰ ਸੱਦਿਆ, ਅਤੇ ਅੱਜ ਉਹਨਾਂ ਨਾਲ ਵੀ ਅਸੀਂ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੋਲੀਟੀਕਲ ਸਿਸਟਮ ਹੈਗਾ ਇੱਥੋਂ ਦਾ ਉਹ ਕਿਸ ਤਰੀਕੇ ਨਾਲ ਵਰਕ ਕਰ ਰਿਹਾ, ਅਤੇ ਨਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨਸ ਹੋਣਗੀਆਂ ਨਵੰਬਰ ਇਸ ਸਾਲ ਦੇ ਵਿੱਚ, ਉਹਦੇ ਵਿੱਚ ਕਿਸ ਤਰੀਕੇ ਦੇ ਕੈਂਡੀਡੇਟ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਮਿਲਣਗੇ। ਅਤੇ ਆਓ ਜੀ, ਬਿਨਾਂ ਕਿਸੇ ਦੇਰੀ ਤੋਂ ਅਸੀਂ ਵੈਲਕਮ ਕਰਦੇ ਹਾਂ, ਸਾਡੇ ਨਾਲ ਬੋਬੀ ਕੁਮਾਰ ਕਲੋਟੀ ਜੀ ਹੈਗੇ ਨੇ, ਖਾਸ ਤੌਰ 'ਤੇ ਉਹਨਾਂ ਨੇ ਅੱਜ ਸਾਨੂੰ ਸਮਾਂ ਦਿੱਤਾ। ਬੋਬੀ ਜੀ, ਵੈਲਕਮ ਟੂ ਸ਼ੋਅ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਹੈਵਿੰਗ ਮੀ। ਉਹਨਾਂ ਦੇ ਨਾਲ ਸਾਡੇ ਕੋਲ ਇਸ ਵੇਲੇ ਸਟੂਡੀਓ ਦੇ ਵਿੱਚ ਦੀਪਕ ਬੰਸਲ ਜੀ ਬੈਠੇ ਹੋਏ ਨੇ। ਕਹਿ ਸਕਦੇ ਕਿ ਇਹ ਵੀ ਲੰਮੀ ਜਿਹੜੀ ਆਪਣੇ ਕਦਮ ਰੱਖਦੇ ਨੇ ਰਾਜਨੀਤੀ ਦੇ ਖੇਤਰ ਦੇ ਵਿੱਚ। ਸੋ ਸਾਡੇ ਕੋਲ ਅੱਜ ਜਿਹੜੇ ਦੋ ਗੈਸਟ ਹੈਗੇ ਨੇ, ਅਸੀਂ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੋਲੀਟੀਕਲੀ ਜਿਹੜੇ ਅਰੀਨੇ ਦੇ ਵਿੱਚ ਜੋ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹ ਕਿਸ ਤਰੀਕੇ ਦੀਆਂ ਨੇ, ਅਤੇ ਇਹ ਜਿਹੜੀ ਅਮੈਰੀਕਾ ਦੇ ਵਿੱਚ ਸਾਡੀ ਪੰਜਾਬੀਆਂ ਦੀ ਖਾਸ ਤੌਰ 'ਤੇ ਰਾਜਨੀਤੀ ਹੋਏਗੀ ਜਾਂ ਭਾਰਤੀਆਂ ਦੀ ਰਾਜਨੀਤੀ ਹੋਏਗੀ, ਉਹਨੂੰ ਕਿੰਨਾ ਕੁ ਬੁਰ ਲੱਗੇਗਾ, ਅਤੇ ਕਿੰਨੇ ਕੁ ਜਿਹੜੇ ਨੇ ਸਾਡੇ ਪੱਤੇ ਜਿਹੜੇ ਨੇ ਉਹ ਛੰਗ ਦਿੱਤੇ ਜਾਣਗੇ। ਬੋਬੀ ਜੀ, ਸ਼ੁਰੂਆਤ ਮੈਂ ਜਿਹੜੀ ਹੈ ਤੁਹਾਡੇ ਤੋਂ ਕਰਦਾ, ਕੀ ਲੱਗਦਾ ਜੋ ਕੁਛ ਹਾਲਾਤ ਨੇ, ਜਿਹੜੇ ਹੁਣ ਰਿਜ਼ਲਟ ਆਏ ਨੇ, ਉਹ ਕੀ ਲੱਗਦਾ ਹੈ ਕਿ ਆਉਣ ਵਾਲਾ ਇਸ ਸਮੇਂ ਦੇ ਵਿੱਚ ਜਿਹੜਾ ਮੁਕਾਬਲਾ ਕਿਹੜੇ ਦੋ ਕੈਂਡੀਡੇਟ ਦੇ ਵਿੱਚ ਹੈ? ਆਈ ਥਿੰਕ ਦੇਰ ਇਜ਼ ਅ ਕਪਲ ਥਿੰਗਸ ਆਰ ਵੈਰੀ ਕਲੀਅਰ ਵਿਚ ਇਜ਼ ਆਈ ਐਮ ਵੈਰੀ ਪ੍ਰਾਊਡ ਟੂ ਵਾਚ ਹਾਓ ਅਮੈਰੀਕਾ ਐਂਡ ਅਮੈਰੀਕਨਸ ਆਰ ਸਪੋਕਨ ਇਨ ਡੈਮੋਕ੍ਰੇਟ ਪਾਰਟੀ। ਮੈਸੇਜ, ਵਨ ਮੈਸੇਜ ਇਜ਼ ਵੈਰੀ ਕਲੀਅਰ, ਯੂ ਕੈਨ ਨਾਟ ਬਾਈ ਇਲੈਕਸ਼ਨ। ਮਿਸਟਰ ਬਲੂਮਬਰਗ, ਮੇਅਰ ਬਲੂਮਬਰਗ, ਹੈਡ ਸਪੈਂਡ ਮੋਰ ਦੈਨ ਹਾਫ billion dollars and he was able to get what, Guam or almost nothing. On the other hand, ਬਾਬਾ ਜੀ ਸੋਰੀ, ਮੈਂ ਜੇ ਕਹਾਂਗਾ ਜੇ ਆਪਾਂ ਪੰਜਾਬੀ ਵਿੱਚ ਥੋੜਾ ਕਰ ਲਈਏ ਤਾਂ ਸਾਡੀ ਜਿਹੜੀ ਆਡੀਅੰਸ ਨੂੰ ਸਮਝਣ ਦੇ ਵਿੱਚ ਜਿਹੜਾ ਉਹ ਜ਼ਿਆਦਾ ਵਧੀਆ ਲੱਗੇ। ਬਿਲਕੁਲ, ਦੇਖੋ ਮੈਂ ਕੋਸ਼ਿਸ਼ ਪੂਰੀ ਕਰੂੰਗਾ। ਬਿਲਕੁਲ, ਤੇ ਇਦਾਂ ਦੇਖੋ, ਇੱਕ ਚੀਜ਼ ਤੇ ਬੜੀ ਕਲੀਅਰ ਹੋ ਗਈ ਹੈ ਕਿ ਪੈਸੇ ਦੇ ਨਾਲ ਤੁਸੀਂ ਇਲੈਕਸ਼ਨ ਨਹੀਂ ਖਰੀਦ ਸਕਦੇ ਜੀ। ਪੈਸਾ ਇਜ਼ ਬਹੁਤ ਇੰਪੋਰਟੈਂਟ ਹੈਗਾ ਆ ਹਰੇਕ ਜਗ੍ਹਾ ਤੇ, ਚਾਹੇ ਕਿਸੇ ਕੰਟਰੀ ਵਿੱਚ ਹੋਵੇ ਇਲੈਕਸ਼ਨ ਲੜਨ ਲਈ, ਪਰ ਇਟ ਇਜ਼ ਨੋਟ ਓਨਲੀ ਇੱਕ, ਇਹ ਹੀ ਨਹੀਂ ਕਿ ਪੈਸੇ ਦੇ ਨਾਲ ਤੁਸੀਂ ਇਲੈਕਸ਼ਨ ਖਰੀਦ ਸਕਦੇ ਹੋ। ਇਹ ਦਾ ਬੈਸਟ ਥਿੰਗ ਇਹਨਾਂ ਦੇ ਰਿਜ਼ਲਟ ਦੇ ਵਿੱਚ ਸ਼ੋ ਕਰਤਾ ਅਮੈਰੀਕਨ ਪਬਲਿਕ ਨੇ ਔਨ ਸੁਪਰ ਟਿਊਜ਼ਡੇ ਕਿ ਮੇਅਰ ਬਲੂਮਬਰਗ ਹਾਫ ਬਿਲੀਅਨ ਖਰਚਣ ਤੋਂ ਬਾਅਦ ਵੀ ਵਟ ਹੀ ਗਾਟ, ਆਲਮੋਸਟ ਨੋ ਡੈਲੀਗੇਟਸ, ਲਾਈਕ ਵਟ 40 ਡੈਲੀਗੇਟਸ ਆਲ ਟੁਗੈਦਰ, ਐਂਡ ਹੀ ਡਰੋਪਡ ਆਊਟ ਦ ਰੇਸ। ਦ ਸੈਕਿੰਡ ਪੁਆਇੰਟ ਜਿਹੜਾ ਮੇਰਾ ਕਹਿਣ ਦਾ ਹੈਗਾ ਆ ਉਹ ਇਹ ਹੈ ਕਿ ਜਿਹੜੀ ਅਸਟੈਬਲਿਸ਼ਡ ਡੈਮੋਕ੍ਰੇਟ ਪਾਰਟੀ ਹੈ, ਸਪੈਸੀਫਿਕਲੀ ਜਿਹੜੇ ਮਿਡਲ ਗਰਾਊਂਡ 'ਚ ਆ ਕੇ ਕਰ ਸਕਦੇ, ਮਿਲ ਸਕਦੇ ਆ, ਦੇ ਆਲ ਪ੍ਰੀਟੀ ਮੱਚ ਜੁਆਇਨਿੰਗ ਬਿਹਾਈਂਡ ਦ ਕੈਂਡੀਡੇਸੀ ਆਫ ਵਾਈਸ ਪ੍ਰੈਜੀਡੈਂਟ, ਫਾਰਮਰ ਵਾਈਸ ਪ੍ਰੈਜੀਡੈਂਟ ਜੋ ਬਾਈਡਨ, ਹੂ ਓਨਲੀ ਲਾਸਟ ਵੀਕ ਵਾਜ ਲੁੱਕ ਲਾਈਕ ਦੈਟ ਹੀ ਗੋਇੰਗ ਟੂ ਗੋ ਨੋਵੇਅਰ ਜੀ, ਹੀ ਵਾਜ ਅਪੀਅਰ ਟੂ ਬੀ ਦੈਟ ਹੀ ਜਸਟ ਫਿਨਿਸ਼ ਹਿਸ ਗਾਨ, ਬਟ ਆਫਟਰ ਵਨ ਸਟੇਟ ਹੀ ਵਿਨਿੰਗ ਐਂਡ ਦੈਨ ਆਲ ਦ ਅਸਟੈਬਲਿਸ਼
ਮੈਂਟ ਆਫ ਦਾ ਡੈਮੋਕਰੇਟ ਪਾਰਟੀ ਜਿਹੜੀ ਆ ਉਹ ਸਾਰੀ ਉਹਦੇ ਪਿੱਛੇ ਇੰਡੋਸਮੈਂਟ ਨੂੰ ਵਨ ਆਫਟਰ ਦੀ ਅਦਰ ਸਟਾਰਟ ਇੰਡੋਸਿੰਗ ਸੱਚ ਹੈ ਦੇਖੋ ਏਮੀ ਕਲੋਬਚਰ ਫਰੋਮ ਮਿਨਾਸੋਟਾ ਸੈਨੇਟਰ ਯੂਐਸ ਸੈਨੇਟਰ ਜਿੱਥੇ ਕਿ ਜੋ ਬਾਈਡਨ ਨੇ ਕੋਈ ਵੀ ਕੈਂਪੇਨ ਤੱਕ ਨਹੀਂ ਕੀਤੀ ਫਿਰ ਉਹਨੇ ਕੋਈ ਉੱਥੇ ਖਰਚ ਨਹੀਂ ਕੀਤਾ ਸਿਰਫ ਇੱਕ ਉੱਥੇ ਦੀ ਸੈਨੇਟਰ ਜਿਹੜੀ ਹੋਮ ਟਾਊਨ ਦੀ ਸੈਨੇਟਰ ਸੀ ਉਹਦੀ ਇੰਡੋਸਮੈਂਟ ਦੇ ਉੱਤੇ ਹੀ ਵਨ ਮਿਨਾਸੋਟਾ ਫਿਰ ਤੁਸੀਂ ਇੱਥੇ ਦੇਖੋ ਮੈਸਾਚਿਊਸੈਟਸ ਜਿਹੜੀ ਕਿ ਯੂ ਐਸ ਸੈਨੇਟਰ ਰਨਿੰਗ ਫਰੋਮ ਦੈਟ ਸਟੇਟ ਐਂਡ ਸ਼ੀ ਬਿਕੇਮ ਥਰਡ ਐਂਡ ਐਂਡ ਦ ਗਾਈ ਫਰੰਟ ਰਨਰ ਐਟਲੀਸਟ ਲਾਸਟ ਨਾਈਟ ਵਾਜ ਬਰਨੀ ਸੈਂਡਰਸ ਹੂ ਇਜ਼ ਰਾਈਟ ਨੈਕਸਟ ਡੋਰ ਸਟੇਟ ਵਰਮਾਉਂਟ ਐਂਡ ਹੀ ਕੇਮ ਸੈਕੰਡ ਹੀ ਡਿਡ ਨਾਟ ਬਿਨ ਜੋ ਬਾਈਡਨ ਬਿਨ ਇਟਸ ਆਲ ਬਿਕੋਜ਼ ਆਫ ਇੰਡੋਸਮੈਂਟਸ ਸੋ ਸੈਂਡਰਸ ਨੂੰ ਜਿਹੜਾ ਕੈਲੀਫੋਰਨੀਆ ਬਚਾ ਗਿਆ ਹੀ ਸਟਿਲ ਨਾਟ ਇਨ ਫਰੰਟ ਰਨਰ ਨਾਓ ਐਨੀ ਮੋਰ ਐਂਡ ਆਈ ਥਿੰਕ ਦਾ ਆਲ ਦ ਸਟੈਬਲਿਸ਼ਮੈਂਟ ਲੁੱਕ ਵਟ ਹੈਪਨਸ ਮੇਅਰ ਬਲੂਮਬਰਗ ਲੋਸਟ ਆਈ ਵਿਲ ਸੇ ਲੋਸਟ ਸੁਪਰ ਟਿਊਜ਼ਡੇ ਐਂਡ ਨੈਕਸਟ ਮਾਰਨਿੰਗ ਹੂ ਹੀ ਇੰਡੋਰਸ ਹੀ ਰੈਨ ਆਫਟਰ ਜੋ ਬਾਈਡਨ ਐਂਡ ਸੋ ਡੂ ਮੈਨੀ ਅਦਰ ਕੈਂਡੀਡੇਟਸ ਐਂਡ ਆਲ ਦਾ ਅਸਟੈਬਲਿਸ਼ਮੈਂਟ ਜਿਹੜੀ ਡੈਮੋਕਰੇਟ ਪਾਰਟੀ ਦੀ ਹੈਗੀ ਹੈ ਦੇ ਰਿਲਾਈਜ਼ ਕਿ ਹੂ ਕੈਨ ਵਿਨ ਇਨ ਵੈਨ ਦੇ ਇਜ਼ ਏ ਜਨਰਲ ਇਲੈਕਸ਼ਨ ਅਗੇਂਸਟ ਦਾ ਪ੍ਰੈਜੀਡੈਂਟ ਡੋਨਲਡ ਟਰੰਪ ਦ ਵਨ ਪੁਆਇੰਟ ਆਈ ਵਾਂਟ ਟੂ ਮੇਕ ਇਜ਼ ਵੈਰੀ ਇੰਪੋਰਟੈਂਟ ਬਿਫੋਰ ਯੂ ਟੇਕ ਦੀਪਕ ਜੀ ਇਜ਼ ਨੋਬਡੀ ਵਾਂਟ ਸੋਸ਼ਲਿਜ਼ਮਸ ਅਮੈਰੀਕਾ ਇਜ਼ ਨੋਟ ਰੈਡੀ ਫਾਰ ਸੋਸ਼ਲਿਜ਼ਮਸ ਐਂਡ ਇਟ ਇਜ਼ ਇਟ ਡਜ਼ਨਟ ਮੈਟਰ ਵਟ ਪਾਰਟੀ ਡੈਮੋਕਰੇਟ ਔਰ ਰਿਪਬਲਿਕਨਸ ਐਂਡ ਆਈ ਥਿੰਕ ਦੈਟਸ ਬਟ ਦੇ ਵਾਜ਼ ਏਬਲ ਟੂ ਪੁੱਟ ਦਾ ਮੈਸੇਜ ਟੂ ਦਾ ਪਬਲਿਕ ਐਂਡ ਦੈਟਸ ਵਾਈ ਜੋ ਬਾਈਡਨ ਐਂਡ ਸਟਿਲ ਹੀ ਹੈਵ ਏ ਬਰਨੀ ਸੈਂਡਰ ਹੈਵ ਏ ਵੈਰੀ ਗੁੱਡ ਆਰਗਨਾਈਜੇਸ਼ਨ ਦ ਫੈਕਟਸ ਰਮੇਨ ਹੀ ਇਜ਼ ਵੈਰੀ ਵੈਲ ਅਸਟੈਬਲਿਸ਼ ਹਿਮਸੈਲਫ ਐਜ ਏ ਕੈਂਡੀਡੇਟ ਐਂਡ ਦ ਬੋਟਮ ਲਾਈਨ ਆਂਸਰ ਗੋਇੰਗ ਟੂ ਬੀ ਇਨ ਦਿਸ ਸਟੇਜ ਨੋ ਮੈਟਰ ਇਜ ਜੋ ਬਾਈਡਨ ਔਰ ਬਰਨੀ ਸੈਂਡਰ ਦੇ ਗੋਇੰਗ ਟੂ ਬੀ ਰੇਸ ਬੈਟਵੀਨ ਟੂ ਐਂਡ ਆਈ ਡੋਂਟ ਥਿੰਕ ਅਦਰ ਕੈਂਡੀਡੇਟ ਗੋਇੰਗ ਟੂ ਰੀਚ ਐਨੀ ਵੇਅਰ ਐਂਡ ਇਟਸ ਇੰਪੋਸੀਬਲ ਸੋ ਇਟ ਗੋਇੰਗ ਟੂ ਐਂਡ ਅਪ ਔਨ ਦਾ ਐਂਡ ਇਜ਼ ਏ ਬ੍ਰੋਕਰ ਕਨਵੈਨਸ਼ਨ ਬਿਲਕੁਲ ਇਹ ਜਿਹੜੀ ਦੀਪਕ ਜੀ ਇੱਕ ਚੀਜ਼ ਆਪਾਂ ਜ਼ਰੂਰ ਇੱਥੇ ਗੱਲ ਕਰਦੇ ਹਾਂ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਅਤੇ ਅਮੈਰੀਕਨ ਪੋਲੀਟੀਕਲ ਸਿਸਟਮ ਹੈ ਦੋ ਵੱਡੀਆਂ ਡੈਮੋਕ੍ਰੇਸੀ ਜਿਹੜੀਆਂ ਹੈਗੀਆਂ ਪਰ ਬੜਾ ਡਿਫਰੈਂਟ ਹੈ ਸਾਡੇ ਬੰਦੇ ਚੁਣ ਚੁਣ ਕੇ ਆ ਜਾਂਦੇ ਨੇ ਉਹ ਤੋਂ ਬਾਅਦ ਇੱਕ ਬੰਦ ਕਮਰਾ ਮੀਟਿੰਗ ਹੁੰਦੀ ਹੈ ਚਿੱਠੀ ਜਿਹੜੀ ਪ੍ਰਧਾਨ ਨੂੰ ਦੇ ਦਿੱਤੀ ਜਾਂਦੀ ਹੈ ਕਿ ਜਿਹਨੂੰ ਚੁਣਨਾ ਚੁਣ ਲਓ ਮੁੱਖ ਮੰਤਰੀ ਬਣਾਉਣਾ ਹੈ ਜਾਂ ਤੁਸੀਂ ਪ੍ਰਧਾਨ ਮੰਤਰੀ ਚੁਣਨਾ ਹੈ ਉਹ ਬਾਅਦ 'ਚ ਜਿਹੜੀ ਸਲਾਹ ਦੇ ਨਾਲ ਹੁੰਦਾ ਕਿ ਚਲੋ ਇਹ ਫੇਸ ਜਿਹੜਾ ਅੱਗੇ ਹੈਗਾ ਇੱਥੇ ਜਿਹੜੀ ਇਲੈਕਸ਼ਨ ਹੈ ਉਹ ਫੇਸ ਦੇ ਉੱਤੇ ਲੜੀ ਜਾਂਦੀ ਹੈ ਉਹਦੀ ਪੋਲਿਸੀਜ਼ ਦੇ ਉੱਤੇ ਲੜੀ ਜਾਂਦੀ ਹੈ ਕਿੰਨਾ ਕੁ ਵਧੀਆ ਤੁਹਾਨੂੰ ਇਹ ਸਿਸਟਮ ਲੱਗਦਾ ਇੱਥੋਂ ਦਾ ਦੇਖੋ ਜੀ ਆਪਣਾ ਜਿਹੜਾ ਇੱਥੋਂ ਦਾ ਸਿਸਟਮ ਹੈ ਟੋਟਲ ਫੇਅਰ ਸਿਸਟਮ ਹੈ ਸਾਡੇ ਉੱਥੇ ਲੋਕਾਂ ਨੂੰ ਕਹਿਣ ਨੂੰ ਡੈਮੋਕਰੇਸੀ ਹੈ ਪਰ ਜਦੋਂ ਅਪਰ ਲੈਵਲ 'ਤੇ ਗਵਰਨਮੈਂਟ ਦੀ ਫੋਰਮੇਸ਼ਨ ਹੁੰਦੀ ਹੈ ਅਤੇ ਉੱਥੇ ਸਾਰਾ ਹੀ ਉਹ ਮਿਲੀ ਜੁਲੀ ਸਰਕਾਰ ਆਪਦੇ ਇੰਟਰਸਟ ਦੇ ਨਾਲ ਉਹ ਜਿਹੜੇ ਵੀ ਲੀਡਰ ਚੁਣ ਕੇ ਆਏ ਹੁੰਦੇ ਆ ਅਤੇ ਅਖੀਰ ਕੀ ਹੁੰਦਾ ਉਹ ਜਨਤਾ ਦੇ ਨਾਲ ਧੋਖਾ ਹੀ ਹੁੰਦਾ ਅਤੇ ਲੇਕਿਨ ਇੱਥੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਜਿਹੜਾ ਵੀ ਇਹ ਲੀਡਰਸ ਹੈਗੇ ਆ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਵੀ ਅਸੀਂ ਜੇ ਲੋਕਾਂ ਦੇ ਨਾਲ ਕੋਈ ਗੇਮ ਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਕੰਮ ਖਰਾਬ ਹੋਊਗਾ ਬਿਲਕੁਲ ਸੋ ਦਿਸ ਇਜ਼ ਲਾਈਕ ਏ ਡਿਫਰੈਂਸ ਬਿਟਵੀਨ ਅਵਰ ਇੰਡੀਅਨ ਡੈਮੋਕਰੇਸੀ ਐਂਡ ਯੂ ਐਸ ਡੈਮੋਕਰੇਸੀ ਮਤਲਬ ਕਿ ਇਹ ਨਹੀਂ ਹੈਗਾ ਅਖੀਰ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੂੰ ਜਿਹੜਾ ਗੱਠਜੋੜ ਕਰਕੇ ਜਿਹੜੀ ਉਹ ਸਰਕਾਰ ਬਣਾ ਜਾਣੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਹਰਾਇਆ ਹੁੰਦਾ ਉਹ ਵੀ ਜਿਹੜਾ ਆਪਣੇ 4-5 MLA ਦੇ ਕਰਕੇ ਜਿਹੜਾ ਉਹ ਆਪਣੀ ਡਿਪਟੀ CM ਨੂੰ ਲੈ ਗਿਆ ਕੋਈ ਕੁਛ ਲੈ ਗਿਆ ਇਹ ਆਪਣੇ ਆਪ 'ਚ ਬੜਾ ਸੋਚਣ ਵਾਲੀ ਚੀਜ਼ ਹੈਗੀ ਆ ਬੋਬੀ ਜੀ ਮੈਂ ਇੱਕ ਸਵਾਲ ਤੁਹਾਡੇ ਕੋਲ ਇਹ ਵੀ ਉੱਠ ਕੇ ਹੁੰਦਾ ਹੈ ਕਿ ਡੋਨਲਡ ਟਰੰਪ ਦੀ ਜਦੋਂ ਇਲੈਕਸ਼ਨ ਹੋਈ ਸੀ 2016 ਦੇ ਵਿੱਚ ਅਸੀਂ ਇਹ ਵੇਖਣ ਨੂੰ ਮਿਲਿਆ ਕਿ ਅਮੀਰ ਬੰਦਾ ਬਹੁਤ ਵੱਡੇ ਜਿਹੜੇ ਕੋ ਪੈਸੇ ਹੈਗੇ ਨੇ ਉਹਦੇ ਕਰਕੇ ਇਲੈਕਸ਼ਨ ਜਿੱਤ ਗਿਆ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਹੁਣ ਕਿ ਮੇਅਰ ਬਲੂਮਬਰਗ ਜਿਹੜੇ ਹੈਗੇ ਨੇ ਉਹ ਤੋਂ ਵੀ ਅਮੀਰ ਲੇਕਿਨ ਲੋਕਾਂ ਨੇ ਪੱਲੇ ਕੁਛ ਨਹੀਂ ਪਾਇਆ ਅੱਜ ਅਖਬਾਰਾਂ ਨੇ ਜਿਹੜਾ ਉਹ ਉਹਨਾਂ ਦਾ ਜਿਹੜਾ ਆਪਣਾ ਆਕਲਨ ਕੀਤਾ ਉਹਦੇ ਵਿੱਚ ਕਿਹਾ ਕਿ ਜਿੰਨੇ ਉਹਨਾਂ ਨੇ ਪੈਸੇ ਲਾਏ ਆ ਕੋਈ ਵੋਟ ਉਹਨਾਂ ਨੂੰ $250 ਦੀ ਪਈ ਹੈ ਕੋਈ ਵੋਟ ਜਿਹੜੀ ਉਹਨਾਂ $150 ਦੀ ਪਈ ਹੈ ਅਤੇ 100 ਤੋਂ ਥੱਲੇ ਤਾਂ ਕੋਈ ਵੋਟ ਨਹੀਂ ਪਈ ਇਹਦੇ ਬਾਰੇ ਕੀ ਕਹੋਗੇ ਫਸਟ ਆਫ ਆਲ ਆਈ ਵਾਂਟ ਟੂ ਸੇ ਆਈ ਐਮ ਇਨ ਪੋਲਿਟਿਕਸ ਲਾਸਟ 40 ਈਅਰਸ ਇਨ ਅਮੈਰੀਕਾ ਅਲੋਨ ਐਂਡ ਆਈ ਮੈਟ ਪ੍ਰੈਜੀਡੈਂਟ ਡੋਨਲਡ ਟਰੰਪ ਵੈਨ ਹੀ ਵਾਜ ਰਿਪਬਲਿਕਨ I also met him when he became independent and then I met him when he became a Republican again but the perception of that because he was a rich man
and that's why he won. It is not true. It is spoken then, is spoken today. Americans are very well educated community when come to the votes. That's where the democracy is all about. Money cannot buy. And he put his ideas, mm-hmm. and what he stands for, and that's what people voted for. There's many areas, it's not the Republicans voted for him, it's many Democrats, many independent people who voted. And today, without the independence-minded people, you cannot win any elections. And he won overwhelmingly in the support of minorities, support of independent voters, and support of many Democrats. And because he had made it very clear what he stands for, what he will do, and I'm very proud and happy to say that he did everything that he promised, or at least he tried to do everything he can, and he is not afraid to speak out if it's a Republican or Democrat, whoever is wrong is wrong. And I'm proud that he doing the best job he can. And I just want to mention on since you were talking about coronavirus, and he immediately took the action. What people or the other country tried to do when the countries where the virus started from, mm-hmm. he already took that action. And even though he was criticized in that time, but today you can say that was the right move to do. And he's the first to ask, let's ask for money. And the Congress said, you're asking less. Okay, give me more. Mm-hmm. But in the past, when he asked something less and more, they tried to give him less. I think this time his policy worked. He asked less, but they given him more. The fact is remain, he did not won because he's rich. He won because his idea, his belief of what he going to, his pledge towards what he going to do for the people, and people got his message and they voted on his message, not because he was rich or poor, because there was many other candidate who was equally wealthy, and but they wasn't as popular as he was and okay. is. Bilkul ede ch ik jada dipak ji apna eh vi jada sawal uth ke aunda hai. ਖਾਸ ਤੌਰ 'ਤੇ ਅਮੈਰੀਕਨ ਪੋਲੀਟਿਕਸ ਦੇ ਵਿੱਚ ਆਪਣੇ ਵੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹ ਜਿਹੜਾ ਪੈਰ ਰੱਖੇ ਹੋਏ ਨੇ ਸਮੇਂ 'ਤੇ ਜਿਹੜੀਆਂ ਇਲੈਕਸ਼ਨ ਜਿਹੜੀਆਂ ਉਹਨਾਂ ਦੇ ਵੱਲੋਂ ਵੀ ਲੜੀਆਂ ਜਾਂਦੀਆਂ ਨੇ। ਇਸ ਵਾਰ ਵੀ ਜਿਹੜੀ ਪ੍ਰਾਇਮਰੀ ਹੋਈ ਉਹਦੇ 'ਚ ਬਹੁਤ ਸਾਰੇ ਆਪਣੇ ਜਿਹੜੇ ਨੇ ਇੰਡੀਅਨ ਕੈਂਡੀਡੇਟ ਜਿਹੜੇ ਹੈਗੇ ਸਨ, ਕਈ ਜਗ੍ਹਾ 'ਤੇ ਫਰੂਟਫੁੱਲ ਰਿਜ਼ਲਟ ਆਏ ਨੇ, ਕਈ ਜਗ੍ਹਾ 'ਤੇ ਬਹੁਤ ਨੈਗੇਟਿਵ ਰਿਜ਼ਲਟ ਆਏ ਨੇ, ਕਈ ਜਗ੍ਹਾ 'ਤੇ ਇਹ ਵੀ ਹਾਲਾਤ ਬਣੇ ਨੇ ਕਿ ਜਿਹੜਾ ਇੱਕ ਕਮਿਊਨਿਟੀ ਹੈਗੀ ਆ, ਮੈਂ ਐਗਜ਼ਾਮਪਲ ਦਿੰਦਾ ਡਿਸਟ੍ਰਿਕਟ 5 ਜਿਹੜੀ ਹੈਗੀ ਆ ਕੈਲੀਫੋਰਨੀਆ ਦੀ, ਜਿੱਥੋਂ ਮੈਨੀ ਗਰੇਵਾਲ ਜਿਹੜਾ ਉਹ ਇਲੈਕਸ਼ਨ ਲੜ ਰਿਹਾ ਸੀ, ਇੱਥੋਂ ਦਾ ਜੰਪਲ ਮੁੰਡਾ ਹੈਗਾ, ਬੜੀ ਮਿਹਨਤ ਕੀਤੀ, ਲੇਕਿਨ ਜਿੰਨਾ ਆਪਣੇ ਇੰਡੀਅਨਸ ਦਾ ਉੱਥੇ ਵੋਟ ਬੈਂਕ ਹੈਗਾ ਉਹਦਾ ਵੀ ਪਰਸੈਂਟੇਜ ਜਿਹੜਾ ਉਹਨੂੰ ਪੂਰਾ ਨਹੀਂ ਪਿਆ, ਅਤੇ ਸੈਕਿੰਡ ਉਹਨੇ ਪੋਜੀਸ਼ਨ ਹਾਸਲ ਕੀਤੀ ਹੈ। ਬਟ ਫਿਰ ਵੀ ਜਿਹੜੇ ਹਾਲਾਤ ਜਿਹੜੇ ਨੇ, ਕੀ ਕਹੋਗੇ ਇਹਦੇ ਬਾਰੇ ਕਿ ਅਸੀਂ ਫੰਡਿੰਗ ਦੇ ਵਾਸਤੇ ਬਹੁਤ ਅੱਗੇ ਹੈਗੇ ਹਾਂ, ਲੇਕਿਨ ਜਦੋਂ ਆਪਾਂ ਸਪੋਰਟ ਕਰਨੀ ਆ, ਵੋਟ ਪਾਉਣੇ ਆ, ਉਦੋਂ ਆਪਾਂ ਬਹੁਤ ਪਿੱਛੇ, ਕੀ ਕਹੋਗੇ? ਇਹ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਤੁਸੀਂ। ਆਪਣੇ ਲੋਕ ਜਿਹੜੇ ਹੈਗੇ ਆ ਵੋਟਿੰਗ ਦੇ ਟਾਈਮ 'ਤੇ ਵੋਟਾਂ ਪਾਉਣ ਨਹੀਂ ਜਾਂਦੇ ਜੀ। ਹੁਣ ਬੋਬੀ ਜੀ ਆ, ਜਿਵੇਂ ਇਹਨਾਂ ਨੂੰ 40 ਸਾਲ ਹੋ ਗਏ ਪੋਲੀਟਿਕਸ ਦੇ ਵਿੱਚ, ਇਹਨਾਂ ਨੇ ਹਮੇਸ਼ਾ ਹੀ ਇਹ ਆਪਣੇ ਲੋਕਾਂ ਨੂੰ ਇਨਕਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ, ਸਾਨੂੰ ਤੁਹਾਡੀਆਂ ਵੋਟਾਂ ਦੀ ਲੋੜ ਹੈ। ਅਤੇ ਜਿਹੜੇ ਕਿ ਆਪਣੇ ਲੋਕਾਂ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਆਪਣੇ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਵੋਟਾਂ ਪਾਉਣ 'ਚ ਨਹੀਂ ਹੁੰਦਾ ਗਾ, ਇਸੇ ਕਰਕੇ ਸਾਡਾ ਇਸ ਪੋਲੀਟਿਕਸ ਦੇ ਵਿੱਚ ਸਾਡਾ ਇੰਨਾ ਜ਼ਿਆਦਾ ਵਜੂਦ ਨਹੀਂ ਹੁੰਦਾ ਸਾਡੇ ਲੋਕਾਂ ਦਾ, ਕਿਉਂਕਿ ਸਾਰੇ ਪੋਲੀਟੀਸ਼ੀਅਨਸ ਨੂੰ ਵੀ ਪਤਾ ਵੀ ਇਹ ਲੋਕ ਇਹਨਾਂ ਤੋਂ ਪੈਸੇ ਤੁਸੀਂ ਲੈ ਸਕਦੇ ਹੋ, ਇਹਨਾਂ ਨੇ ਵੋਟਾਂ ਪਾਉਣ ਨਹੀਂ ਆਉਣਾ ਗਾ। ਸੋ ਦੈਟਸ ਦਾ ਰੀਜ਼ਨ ਸਾਡੀ ਰਿਪ੍ਰਜੈਂਟੇਸ਼ਨ ਯਾਨੀ ਕਿ ਯੂ ਐਸ ਗਵਰਨਮੈਂਟ 'ਚ ਘੱਟ ਹੈ। Bilkul, before you ask me that question, I want to agree with Deepak ji. You know, the problem is not only that there is the funds and they don't come out and vote. It is I think is a failure of some of our leaders not to bring the community together and to educate them why the voting is so important. And if you ask the immigrant community, especially people like me who immigrated from India, Pakistan, other countries, for my best knowledge, I think they are very well educated voters back home, and most people understand the value of the votes. I think there is something is missing. Maybe they are not aware of the system as much, or they afraid to go and thinking why my vote going to make a difference. And I think they are learning, they're coming around, and I'm 100% in a belief a young generation who's coming in politics, and they are succeeding. And it's not necessarily every time I have to be winning.
टू पार्टिसिपेटिंग इटसेल्फ इज ए विनिंग एंड लॉट ऑफ पीपल डोंट नो द मैकेनिक्स ऑफ द पॉलिटिक्स एंड दैट्स वेयर द फेलियर इज एंड मोस्ट ऑफ इलेक्टेड ऑफिशियल्स अमंग अमेरिकन पॉलिटिशियन बॉर्न अमेरिकन पॉलिटिशियन दे डोंट नो मीन आई डील विद देम एवरी डे आई डील विद देम एवरी डे मैनी इलेक्टेड लोकल councilmen, legislature, county executive, state senator, assemblymen, congressmen, many of them have no clue. ਬਾਬੀ ਜੀ ਇਹਦੇ ਨਾਲ ਇੱਕ ਹੋਰ ਜਿਹੜਾ ਸਵਾਲ ਉਹ ਜੁੜ ਕੇ ਆਉਂਦਾ ਹੈ ਖਾਸ ਤੌਰ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਲੈਕਸ਼ਨ ਦੇ ਵਿੱਚ ਅਸੀਂ ਇਹ ਟ੍ਰੈਂਡ ਵੀ ਨਾਲ ਵੇਖਿਆ ਫੰਡਿੰਗ ਤਾਂ ਆਪਾਂ ਕਰਦੇ ਹੀ ਹਾਂ ਜਿਹੜੇ ਸਿੱਖਸ ਫੋਰ ਡੋਨਲਡ ਟਰੰਪ ਹਿੰਦੂਜ਼ ਫੋਰ ਡੋਨਲਡ ਟਰੰਪ ਮੁਸਲਿਮਸ ਫੋਰ ਡੋਨਲਡ ਟਰੰਪ ਅਸੀਂ ਉਸ ਤਰੀਕੇ ਦੀਆਂ ਸਟ੍ਰੈਟਜੀ ਵੀ ਜਿਹੜੀਆਂ ਬਣਾਉਂਦੇ ਹਾਂ ਪਰ ਬੰਗਲਾਦੇਸ਼ੀ ਕਮਿਊਨਿਟੀ ਦੀ ਇੱਥੇ ਐਗਜ਼ਾਮਪਲ ਹੈਗੀ ਹੈ ਦੇਨ ਤਿੰਨੋ ਸੈਡ ਕਿ ਬੰਗਲਾਦੇਸ਼ੀ ਫੋਰ ਡੋਨਲਡ ਟਰੰਪ ਔਰ ਬੰਗਲਾਦੇਸ਼ੀ ਫੋਰ ਹਿਲਰੀ ਕਲਿੰਟਨ ਔਰ ਕਿਸੇ ਲਈ ਕਦੀ ਨਹੀਂ ਉਹਨਾਂ ਨੇ ਕਿਹਾ ਬਟ ਜਦੋਂ ਉਹਨਾਂ ਦਾ ਪੋਲੀਟੀਕਲ ਅਰੀਨਾ ਦੇ ਵਿੱਚ ਅਸੀਂ ਉਹਨਾਂ ਨੂੰ ਵੇਖਦੇ ਹਾਂ ਉਹ ਸਲੋਲੀ ਸਲੋਲੀ ਆਪਣੇ ਆਪ ਨੂੰ ਇੰਨਾ ਕੁ ਮੂਵ ਕਰ ਗਏ ਹੋਏ ਨੇ ਅੰਦਰ ਕਿ ਉਹ ਇਸ ਵੇਲੇ ਰਾਜਨੀਤੀ ਦੇ ਖੇਤਰ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਕਿ ਉਹ ਲੋਕ ਇਕੱਠੇ ਨੇ ਜਿੱਦਾਂ ਤੁਸੀਂ ਕਿਹਾ ਕਿ ਆਪਣੇ ਵਿੱਚ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਘਾਟ ਹੈਗੀ ਹੈ ਕਿ ਅਸੀਂ ਲੋਕਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਨਹੀਂ ਕਰ ਸਕੇ ਲੇਕਿਨ ਉਹ ਸ਼ਾਇਦ ਉਸ ਘਾਟ ਨੂੰ ਜਿਹੜਾ ਪੂਰਾ ਕਰ ਰਹੇ ਨੇ ਕੀ ਕਹੋਗੇ ਵਿਚ ਇਜ਼ ਵੈਰੀ ਟਰੂ ਬਟ ਇਟਸ ਨਾਟ ਟਰੂ ਦੈਟ ਦੇ ਡੋਂਟ ਯੂਜ਼ ਬੰਗਲਾਦੇਸ਼ੀ ਫੋਰ ਸੋ ਐਂਡ ਸੋ ਦੇ ਹੈਵ ਬਿਕੋਜ਼ ਮੇ ਬੀ ਯੂ ਡਿਡ ਨਾਟ learned it or heard it or be part of it. I am a part of all these communities. I am not part of Indian community. I am part of American landscape. I understand that. I had seen them. I had the Bangladeshi who had spoken as a Bangladeshi standing for so and so. And if they are united, yes, they are able to be united as a Bangladeshis because we are divided, many of us, like you said, a Sikhs or Muslims or Hindus, and that doesn't make no difference. As long as you are participating, that's more important. If you think about it, look, Ro Khanna is right now is one of the co-chairman of Bernie Sanders, yeah. Congressman Ro Khanna. I mean, you can go as high as supposed to be. Like you are also example. Yeah, I mean, I appreciate that. Means I am doing it last 40 years. Yeah. I understand the mechanics. Problem is, our elected official and specifically our community, they don't understand the mechanics of the politics. They think it's just because you have the money, you can run and you will be elected. But then you have to know the process, how you can become a candidate, what candidate is required. It's not just the money or your good look or you think you are smarter. There is a lot of process in a process of the party that to become a candidate. And then you have to have your ideas that what you want to, your message must be reach out to the all the community because you're not running for Indian community. You're not running for district leader. You're not running for one village. You're running for community at large. Community, it doesn't matter who they are, as long as they are American, you're running in America, that's the part they have to understand and be clear. But ਇਹਦੇ 'ਚ ਇੱਕ ਮੈਂ ਚੀਜ਼ ਇਹਨੂੰ ਹੋਰ ਜੇ ਅਗਰ ਐਡ ਕਰਾਂ ਤਾਂ ਆਈ ਥਿੰਕ ਉਹ ਇਹਦੇ 'ਚ ਵੈਲਿਡ ਵੀ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਵੇਖਿਆ ਬਹੁਤ ਸਾਰੇ ਕੈਂਡੀਡੇਟ ਜਿਹੜੇ ਹੁੰਦੇ ਨੇ ਉਹਨਾਂ ਦੀ ਇੱਕ ਏਜ ਚਲਾਈ ਜਾਂਦੀ ਕਿ ਇਹ ਜਿਹੜੇ ਨੇ ਇਸ ਕਮਿਊਨਿਟੀ ਜਿਸ ਤਰ੍ਹਾਂ ਅਫਰੀਕਨ ਕਮਿਊਨਿਟੀ ਹੈਗੀ ਹੈ ਮੈਕਸੀਕਨਸ ਹੈਗੇ ਨੇ ਇਹ ਜਿਹੜੇ ਇਹਨੂੰ ਸਪੋਰਟ ਕਰਨਗੇ ਅਵੈਲੂਏਸ਼ਨ ਹੁੰਦੀ ਹੈ ਕਿ ਬਲੈਕ ਜਿਹੜੇ ਨੇ ਇਸ ਨੂੰ ਸਪੋਰਟ ਕਰਨਗੇ ਲੇਕਿਨ ਜਦੋਂ ਸਾਡੇ ਪੋਲੀਟਿਕਸ ਦਾ ਹਿੱਸਾ ਹੁੰਦਾ ਜਾਂ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਉਦੋਂ ਸਾਡੇ ਸਾਹਮਣੇ ਇੱਕ ਚੀਜ਼ ਆਉਂਦੀ ਹੈ ਕਿ ਜਿਹੜਾ ਪੰਜਾਬੀ ਆ ਉਹ ਬਹੁਤ ਘੱਟ ਪੰਜਾਬੀ ਨੂੰ ਜਿਹੜਾ ਸਪੋਰਟ ਕਰੇਗਾ ਐਗਜ਼ਾਮਪਲ ਮੈਂ ਤੁਹਾਡੇ 'ਤੇ ਵੀ ਲੈ ਕੇ ਆਉਂਦਾ ਕਿਉਂਕਿ ਇਹ ਸਭ ਕੁਛ ਅਸੀਂ ਵੇਖਿਆ ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਆਪਣੀ ਆਦਤ ਅੱਜ ਦੀ ਤਰੀਕ 'ਚ ਸਾਨੂੰ ਬਦਲਣੀ ਨਹੀਂ ਪਵੇਗੀ ਕਿ ਆਪਾਂ ਘੱਟ ਤੋਂ ਘੱਟ ਜੇ ਚੰਗਾ ਕੈਂਡੀਡੇਟ ਖੜਾ ਹੈਗਾ ਠੀਕ ਹੈ ਸਾਡਾ ਗੁੱਸਾ ਹੋਏਗਾ ਸਾਡੀ ਆਪਸੀ ਨਾਰਾਜ਼ਗੀ ਹੋਏਗੀ ਪਰ ਆਪਾਂ ਬਾਅਦ 'ਚ ਦੂਰ ਕਰ ਲਈਏ ਕੀ ਕਹੋਗੇ ਇਹਦੇ ਬਾਰੇ ਜਿਸੀ ਦੀਪਕ ਬੀਰ ਜੀ ਬਰੋਟ ਏ ਮਿਊਜ਼ਿਕ to our conversation and he don't even know that he brought the music in our conversation. It was his call, but we appreciate that bringing the music. Yeah. Going back to your question, sure. I don't think they are as much divided as you think. I think they are much more united as a American, as a area they live in, regardless of what ethnicity they come from. That's my belief. Okay. And that's what I had experienced, even though when it appear, it's difference. Because to me, more important is if people participate in it. If they are Sikh, they should be proud Sikh. If they are Hindus,
they should be proud Hindus, but end of the day they must be proud resident of that district or resident of that state, resident of this country. And look at our neighboring country, Canada. They have so many Sikh and Hindus and others had won elections. Yeah. They didn't won just because they were Sikh. They won because being of Canadian. Yes. They won because their message. They didn't won because only the Sikh people voted for them. They won because all the Canadian who are in that district voted for them. It is the message, it's your participation and respect of the law of the country. And to me, my knowledge in 40 years, I didn't see anybody get elected because of they are Hispanic or they are black or they are white, because they are Sikh or they are Hindus. I think you had said black and Hispanic say, oh, we're going to vote so and so. That's okay, that's who they are, that's what they are, but they're not voting because somebody just based on the color. I think they're voting because that's they believe in that message. Look at last night primary. Mayor Bloomberg lost. Did he lost because of he's a Jew, or he lost it because his message was not received? Did other candidate lost because of their message or because their ethnicities? That's not the facts. Tulsi Gabbard still running, and even though she is not even get 1% of yes, it. So there was a Kamala Harris, she ran, but she dropped out, not because of what her color is. She's American. And she lost because her message was not received. So end of the day, because this is what this country is all about, is all the ethnicity, all the color, creed, race, whatever you want to call it, that's become secondary. But the message of the person come first. Rohit Khanna got elected not because he was Indian. He got elected because his message, and he's a Democrat. Then you have Republicans on the other side. They won because of their message, not because their ethnicities. Bilkul. That's very important. Bilkul, eh jehdi Bobby Kumar Kohli ji hunna ne gal kiti badi sohni gal hai ki being a American tuhada pehli responsibility hai ki tusi je agar politics de vich aunde ho te sirf apni community nu hi jehda ohde bare gal nahi karni, tuhanu saryan de bare gal karni paini hai, tad hi tusi jehde true politician jehde ho oh ban sakde ho, te eh apne ach tuhadi service da ik jehda part vi hai ga, kyunki eh zaruri vi hai ga. Par phir mere vi sawal jehda utthe da utthe hi hai ga, ਕਿਉਂਕਿ ਵੋਟਿੰਗ ਦੇ ਵਿੱਚ ਜਿਹੜਾ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਾਂ, ਆਪਣੇ ਫਰਜ਼ ਨੂੰ ਨਿਭਾਈਏ, ਕਿਉਂਕਿ ਇਸ ਕੰਟਰੀ ਦੇ ਵਿੱਚ ਜਦੋਂ ਸਾਨੂੰ ਅਸੀਂ ਸਿਟੀਜ਼ਨ ਲੈਂਦੇ ਹਾਂ ਉਹਦੇ ਨਾਲ ਸਾਨੂੰ ਇੱਕ ਜਿਹੜਾ ਹੱਕ ਮਿਲਦਾ, ਮੈਂ ਬਾਰ ਬਾਰ ਗੱਲ ਕਰਦਾ ਕਿ ਉਹ ਵੋਟ ਦੀ ਪਾਵਰ ਇਹ ਹੈਗੀ ਹੈ ਕਿ ਅਸੀਂ ਉਸ ਪ੍ਰੈਜ਼ੀਡੈਂਟ ਨੂੰ ਚਾਹੁੰਦੇ ਹਾਂ ਜਿਸ ਪ੍ਰੈਜ਼ੀਡੈਂਟ ਦੇ ਬਾਰੇ ਇਹ ਕਿਹਾ ਜਾਂਦਾ ਕਿ ਇਹ ਦੁਨੀਆ ਦਾ ਪ੍ਰੈਜ਼ੀਡੈਂਟ ਹੈਗਾ। ਸੋ ਤੁਹਾਨੂੰ ਪ੍ਰਾਊਡ ਹੋਏਗਾ ਜਦੋਂ ਤੁਸੀਂ ਇਹ ਕਹੋਗੇ ਕਿ ਮੈਂ ਆਪਣੇ ਇਸ ਕੈਂਡੀਡੇਟ ਨੂੰ ਵੋਟ ਪਾਈ ਸੀ ਤੇ ਉਹ ਅੱਜ ਪੂਰੀ ਦੁਨੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ। ਇਸ ਮਾਨ ਦੇ ਨਾਲ ਵੀ ਜਿਹੜੀ ਗੱਲ ਕਰਨੀ ਪਏਗੀ, ਕਿਉਂਕਿ ਤੁਸੀਂ ਇੱਕ ਚਿਹਰੇ ਨੂੰ ਵੋਟ ਪਾ ਰਹੇ ਹੋ, ਪੋਲੀਟੀਕਲ ਪਾਰਟੀ ਨੂੰ ਵੋਟ ਨਹੀਂ ਪਾ ਰਹੇ, ਤੇ ਇਹ ਆਪਣੇ ਆਪ 'ਚ ਜਿਹੜਾ ਬੜਾ ਖੂਬਸੂਰਤ ਹੋਏਗਾ ਜਦੋਂ ਤੁਸੀਂ ਇਹ ਸਭ ਕੁਝ ਕਰੋਗੇ। ਸੋ ਬੋਬੀ ਕਰ ਕੁਮਾਰਟੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੀਪਕ ਬੰਸਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਸੋ ਮੈਂ ਨਾਲ ਹੀ ਇੱਥੇ ਜਿਹੜਾ ਅੱਜ ਇਹ ਵੀ ਜ਼ਰੂਰ ਇੱਥੇ ਕਹਿਣਾ ਚਾਹੁੰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਮੈਰੀਕਨ ਇਸ਼ੂਜ਼ ਦੇ ਉੱਤੇ ਜਿਹੜੇ ਇਸ ਤਰੀਕੇ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇਹ ਲਾਈਵ ਪ੍ਰੋਗਰਾਮ ਸੀ, ਤੁਹਾਨੂੰ ਕਿਸ ਤਰੀਕੇ ਨਾਲ ਲੱਗਾ, ਕੀ ਇਹਦੇ ਵਿੱਚ ਤੁਸੀਂ ਸੁਝਾਅ ਚਾਹੁੰਦੇ ਹੋ, ਉਹਦੇ ਬਾਰੇ ਜ਼ਰੂਰ ਤੁਸੀਂ ਸਾਨੂੰ ਈਮੇਲ ਕਰੋ info@cktimetv.com, ਅਤੇ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 9178188322। ਬਹੁਤ ਬਹੁਤ ਧੰਨਵਾਦ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀਓ।